रहोगे बॉडी कोई डिस्कम्फर्ट फील नहीं करेगी और एक घंटे तक रह सकते हो। ਤੁਸੀਂ ਜਿੰਨੇ ਆਪਣੇ ਕੱਪੜੇ ਦੇ ਅੰਦਰ ਬੋਡੀ ਦੇ ਅੰਦਰ ਛੁਪਾ ਲਏ ਸਾਰੇ 2000 ਦੇ ਨੋਟ ਤੁਹਾਡੇ ਫਟਾਫਟ ਫਟਾਫਟ ਜਿੰਨੇ ਤੁਸੀਂ ਛੁਪਾ ਲਏ ਉਹਨੇ ਤੁਹਾਡੇ ਖੁਸ਼ ਲੱਗ ਰਹੇ ਨੇ ਮੈਡਮ ਹੈ ਨਾ ਸੈਲਰੀ ਤੋਂ ਜ਼ਿਆਦਾ ਨੋਟ ਤਾਂ ਅਸੀਂ ਐਵੇਂ ਮੰਡ ਪਏ ਆ ਦੇਖੋ 1 2 3 ਵਸੀ ਜੇ ਕੁਛ ਕਿਸੇ ਡੇਰੇ ਦੇ ਉੱਪਰ ਦਿਖਾਇਆ ਹੁੰਦਾ ਤਾਂ ਮੈਨੂੰ ਲੱਗਦਾ ਵੀ ਨੋਟਾਂ ਦੇ ਢੇਰ ਲੱਗ ਜਾਣੇ ਸੀ ਬਾਬਾ ਜੀ ਹੋ ਜਾਣੇ ਸੀ ਚਾਰੇ ਪਾਸਿਓਂ ਮੱਥਾ ਟੇਕਣ ਵਾਲਿਆਂ ਦੀਆਂ ਲਾਈਨਾਂ ਲੱਗ ਜਾਣੀਆਂ ਸੀ बाकी लोग देखने वाले हो जाते हैं। एक माइंड की साइंस है जो मैं सीखी है कोई सिद्धि नहीं की है। जो मैं हाथ टच कर रहा हाथ हवा चाहे स्टार्ट हो जाएंगे। शक्ति इस मालक तो उपर कोई शक्ति नहीं है, उस रब नू मनो आ साइंस है और इन्हों का भूत कटदे ने तो हूँ देखने वाले वास्ते की है। देखने वाला तो कहना कि सरदार जी तो करने वाले ने पर एक्चुअल च की है। एक्चुअल च यह माइंड की एक साइंस है जिन्होंने हिप्नोटिज्म बोलते हैं। 1 2 3 गेट बैक। अपने माइंड नू इनी नेगेटिव इनी टॉक्सिक डाइट दे रहे हैं कि इरीटेशन ओवर थिंकिंग नैगेटिव इमोशन सारा दिन साड़ी बॉडी के अंदर चलते रहते हैं। सरताज साहब का एक छोटा जहा गाना कहता सारा कम चलती चलता छाण ना हली चलता जेड़े करते हाए हाए ਪਤਾ ਨਹੀਂ ਇਸ ਦੁਨੀਆ 'ਚ ਆਏ ਕਿ ਨਾ ਆਏ। ਆਪਾਂ ਲੋਕਾਂ ਦੀ ਦੁਨੀਆ ਫਰੋਲੀ ਜਾਂਦੇ ਹਾਂ, ਆਪਣੇ ਆਪ ਨੂੰ ਸਵੇਰੇ ਫਰੋਲਣਾ ਹੀ ਭੁੱਲ ਗਏ। ਅਸੀਂ ਆਪਣੇ ਆਪ ਨੂੰ ਪਿਆਰ ਕਰਨਾ ਵੀ ਛੱਡਤਾ, ਅਸੀਂ ਆਪਣੇ ਆਪ ਨੂੰ ਸੈਲਫ ਐਨਾਲਿਸਿਸ ਕਰਨਾ ਵੀ ਛੱਡਤਾ। ਅਸੀਂ ਸਿਰਫ ਔਰ ਸਿਰਫ ਇਹ ਚਾਹੁੰਦੇ ਹਾਂ ਕਿ ਸਾਹਮਣੇ ਵਾਲਾ ਸਾਨੂੰ ਐਪਰੀਸ਼ੀਏਟ ਕਰੇ। ਬੱਚਾ ਸਿਰਫ 2 ਮਹੀਨੇ ਦਾ ਹੁੰਦਾ ਹੈ, ਉਹਨਾਂ ਨੇ ਚੁੱਪ ਕਰਨਾ ਹੁੰਦਾ, ਮੋਬਾਈਲ ਦੇ ਦਿੰਦੇ ਆ। ਤੁਸੀਂ ਐਕਚੁਅਲ 'ਚ ਜਿੰਨਾ ਕੁ ਨਸ਼ਾ 2 ਸਿਗਰਟ ਦੀ ਡੱਬੀ ਨਾਲ ਹੋਣਾ ਹੈ ਨਾ, ਉਹਨਾਂ ਕੁ ਨਸ਼ਾ ਤੁਸੀਂ ਮੋਬਾਈਲ ਨਾਲ ਦੇ ਰਹੇ ਹੋ। ਜਦ ਅਸੀਂ ਆਪ ਕੁਛ ਨਹੀਂ ਕਰ ਪਾਉਂਦੇ ਨਾ ਤੇ ਫਿਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਪੱਲਾ ਕੋਈ ਫੜੇ ਔਰ ਉਹ ਸਾਨੂੰ ਨਈਆਂ ਪਾਰ ਲਗਵਾ ਦੇ ਔਰ ਐਸੇ ਲੋਕ ਹੀ ਸਾਡਾ ਕੁਛ ਪਖੰਡੀ ਲੋਕ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਮੈਂ ਹਾਂ ਜੱਸੀ ਬਰਾੜ। ਅੱਜ ਕੁਝ ਖਬਰਾਂ ਤੋਂ ਵੱਖਰਾ ਲੈ ਕੇ ਆਏ ਹਾਂ। ਖਬਰਾਂ ਤਾਂ ਰੋਜ਼ ਵੇਖਦੇ ਹੋ ਪ੍ਰਾਈਮ ਏਸ਼ੀਆ ਟੀਵੀ ਦੇ ਉੱਪਰ, ਪਰ ਅੱਜ ਕੁਝ ਵੱਖਰਾ ਤਾਂ ਲੈ ਕੇ ਆਏ ਹਾਂ। ਦੁਨੀਆ ਰੇਸ ਦੇ ਵਿੱਚ ਲੱਗੀ ਹੋਈ ਹੈ। ਸਵੇਰੇ ਉੱਠਦੇ ਹਾਂ, ਹੱਥ ਦੇ ਵਿੱਚ ਮੋਬਾਈਲ ਲੈਂਦੇ ਹਾਂ ਤਾਂ ਮੋਬਾਈਲ ਦੇ ਉੱਪਰ ਸਭ ਤੋਂ ਪਹਿਲਾਂ ਚੈੱਕ ਕਰਦੇ ਹਾਂ ਵੀ ਅੱਜ ਨੋਟੀਫਿਕੇਸ਼ਨ ਕਿਹੋ ਜਿਹੇ ਆਏ ਨੇ। ਨੋਟੀਫਿਕੇਸ਼ਨ ਤੋਂ ਬਾਅਦ ਆਪਾਂ ਉਸ ਮੋਬਾਈਲ ਦੇ ਅੰਦਰ ਇੰਨਾ ਕੁ ਚਲੇ ਜਾਂਦੇ ਹਾਂ, ਆਪਾਂ ਦੂਸਰਿਆਂ ਦੀ ਜ਼ਿੰਦਗੀ ਫਰੋਲਣ ਲੱਗ ਜਾਂਦੇ ਹਾਂ। ਅਕਸਰ ਕੀ ਹੁੰਦਾ, ਆਪਣੀ ਜ਼ਿੰਦਗੀ ਦੀ ਭੱਜ ਦੌੜ ਦੇ ਵਿੱਚ ਇੰਨੀਆਂ ਕੁ ਟੈਨਸ਼ਨਾਂ ਦਿਮਾਗ ਦੇ ਉੱਪਰ ਲੈ ਲਈਆਂ ਤਾਂ ਆਪਣਾ ਜਿਹੜਾ ਦਿਮਾਗ ਆ ਉਹ ਕਿਤੇ ਨਾ ਕਿਤੇ ਇੱਕ ਮਸ਼ੀਨ ਬਣ ਕੇ ਰਹਿ ਗਿਆ। ਇਸ ਦਿਮਾਗ ਨੂੰ ਰਿਲੈਕਸ ਨਹੀਂ ਮਿਲਦਾ, ਰਾਤ ਨੂੰ ਨੀਂਦ ਨਹੀਂ ਆਉਂਦੀ। ਫਿਰ ਉਸ ਤੋਂ ਬਾਅਦ ਆਪਾਂ ਬਾਬਿਆਂ ਦੇ ਡੇਰਿਆਂ 'ਤੇ ਜਾਣ ਲੱਗ ਜਾਂਦੇ ਹਾਂ ਵੀ ਸਾਡਾ ਸ਼ਾਇਦ ਉਧਾਰ ਹੋ ਜਾਵੇ, ਸਾਨੂੰ ਇਸ ਟੈਨਸ਼ਨ ਤੋਂ ਮੁਕਤੀ ਮਿਲ ਜਾਵੇ। ਪਰ ਉਹ ਕਿਤੇ ਨਾ ਕਿਤੇ ਤੁਹਾਡੇ ਨਾਲ ਖੇਡਦੇ ਨੇ ਅਤੇ ਤੁਹਾਡੇ ਨਾਲ ਖੇਡ ਕੇ ਤੁਹਾਡਾ ਪੈਸਾ ਵੀ ਲੈ ਜਾਂਦੇ ਆ ਅਤੇ ਤੁਹਾਡਾ ਸਮਾਂ ਵੀ ਲੈ ਜਾਂਦੇ ਆ। ਪਰ ਅੱਜ ਕੁਝ ਵੱਖਰਾ ਐਸਾ ਲੈ ਕੇ ਆਏ ਹਾਂ। ਸਾਡੇ ਨਾਲ ਕੁਝ ਐਸੇ ਇਨਸਾਨ ਮੌਜੂਦ ਨੇ ਜਿਨ੍ਹਾਂ ਨੂੰ ਦੀਆਂ ਗੱਲਾਂ ਸੁਣ ਕੇ ਤੁਸੀਂ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਦੇ ਵਿੱਚੋਂ ਨਿਕਲ ਪਾਓਗੇ। ਸਾਡੇ ਨਾਲ ਮੌਜੂਦ ਨੇ ਹਰਮਨ ਜੀ ਜੋ ਕਿ ਮੋਟੀਵੇਸ਼ਨਲ ਸਪੀਕਰ ਨੇ। ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ। ਥੈਂਕ ਯੂ ਸਰ। ਸਾਡੇ ਨਾਲ ਮੌਜੂਦ ਨੇ ਪ੍ਰਭਜੋਤ ਜੀ, ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ। ਹਰਮਨ ਜੀ, ਜੇਕਰ ਗੱਲ ਕਰੀਏ ਤਾਂ ਦੁਨੀਆ ਦੀ ਰੇਸ ਸਵੇਰੇ ਚੱਲ ਪੈਂਦੇ ਆ, ਕਹਿੰਦੇ ਉੱਠਣ ਤੋਂ ਸਟਾਰਟ ਹੋ ਕੇ 180 ਤੋਂ ਲੈ ਕੇ ਸਪੀਡ ਪਤਾ ਨਹੀਂ ਕਿੱਥੇ ਚਲੀ ਜਾਂਦੀ ਹੈ, ਕਿਸ ਤਰ੍ਹਾਂ ਦੇਖਦੇ ਹੋ ਦੁਨੀਆ ਨੂੰ? ਸਰ ਦੇਖੋ, ਕੁਦਰਤ ਨੇ ਸਾਡੇ ਅੰਦਰ ਅਸੀਮ ਸ਼ਕਤੀਆਂ ਦਿੱਤੀਆਂ ਨੇ। ਕੁਦਰਤ ਨੇ ਆਸ ਪਾਸ ਬਹੁਤ ਜ਼ਿਆਦਾ ਨਜ਼ਾਰੇ ਦਿੱਤੇ ਨੇ। ਸਾਡੇ ਕੋਲ 5 ਸੈਂਸਿਸ ਹੈਗੀਆਂ, ਜੋ ਅਸੀਂ ਸੁਣਦੇ ਹਾਂ, ਜੋ ਅਸੀਂ ਦੇਖਦੇ ਹਾਂ, ਜੋ ਅਸੀਂ ਟੇਸਟ ਕਰਦੇ ਹਾਂ, ਸਮੈਲ ਕਰਦੇ ਹਾਂ, ਟੱਚ ਕਰਦੇ ਹਾਂ। ਇਹ 5 ਸੈਂਸਿਸ ਦੇ ਨਾਲ ਇੱਕ ਇਨਸਾਨ ਨੌਲੇਜ ਲੈਂਦਾ। ਤੁਹਾਨੂੰ ਤੁਹਾਡੇ ਅੱਜ ਘਰ ਦਾ 20 ਸਾਲ ਪੁਰਾਣਾ ਮੋਬਾਈਲ ਨੰਬਰ ਪੱਕਾ ਯਾਦ ਹੋਏਗਾ। ਜਿਹੜਾ ਤੁਹਾਡੇ ਘਰ ਦਾ ਪਹਿਲਾ ਮੋਬਾਈਲ ਹੋਏਗਾ ਉਹ ਤੁਹਾਨੂੰ ਪੱਕਾ ਯਾਦ ਹੋਏਗਾ। ਪਰ ਹੋ ਸਕਦਾ ਹੈ ਕਿ ਤੁਹਾਡੀ ਵਾਈਫ ਦਾ ਜੋ ਤੁਹਾਡੇ ਪੇਰੈਂਟਸ ਦਾ ਜਿਹੜਾ ਅੱਜ ਦਾ ਮੋਬਾਈਲ ਨੰਬਰ ਹੈ ਤੁਹਾਨੂੰ ਨਾ ਯਾਦ ਹੋਵੇ, ਹਾਂ ਜਾਂ ਨਾ? ਬਿਲਕੁਲ, ਤੁਹਾਡੇ ਲੋਕਾਂ ਨਾਲ ਵੀ ਇਦਾਂ ਹੀ ਹੋਏਗਾ।
ਕਿਉਂਕਿ ਅਸੀਂ ਅੱਜ ਦੀ ਡੇਟ 'ਚ ਟੈਕਨੋਲੋਜੀ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਕਦੇ ਸਾਡੀ ਮਦਦ ਵਾਸਤੇ ਬਣਿਆ ਸੀ, ਪਰ ਅਸੀਂ ਇਹਦੇ ਅੰਦਰ ਜਾ ਕੇ ਆਪਣੀ ਸੈਂਸਿਸ ਨੂੰ ਖਤਮ ਕਰਦੇ ਜਾ ਰਹੇ ਹਾਂ। ਸਾਰਾ ਦਿਨ ਸਕਰੋਲਿੰਗ ਕਰਦੇ ਰਹਿੰਦੇ ਹਾਂ, ਆਪਣੇ ਮਾਈਂਡ ਨੂੰ ਇੰਨੀ ਨੈਗੇਟਿਵ, ਇੰਨੀ ਟੌਕਸਿਕ ਡਾਈਟ ਦੇ ਰਹੇ ਹਾਂ ਕਿ ਇਰੀਟੇਸ਼ਨ, ਓਵਰ ਥਿੰਕਿੰਗ, ਨੈਗੇਟਿਵ ਇਮੋਸ਼ਨ ਸਾਰਾ ਦਿਨ ਸਾਡੀ ਬਾਡੀ ਦੇ ਅੰਦਰ ਚੱਲਦੇ ਰਹਿੰਦੇ ਹੈ, ਔਰ ਐਂਡ 'ਚ ਜਾ ਕੇ ਫਿਰ ਅਸੀਂ ਨੈਗੇਟਿਵ 'ਚ ਹੋ ਕੇ ਬਹਿ ਜਾਂਦੇ ਹਾਂ। ਕੰਮ 'ਚ ਦਿਲ ਨਹੀਂ ਲੱਗਦਾ, ਖਾਣ ਨੂੰ ਦਿਲ ਨਹੀਂ ਲੱਗਦਾ, ਜਾਂ ਅਸੀਂ ਗੱਲ ਕਰੀਏ ਕਿ ਲੋਕਾਂ ਨਾਲ ਗੱਲ ਕਰਨ ਨੂੰ ਜੀ ਨਹੀਂ ਲੱਗਦਾ, ਅਸੀਂ ਮਾਈਂਡ ਦੀ ਡਾਈਟ ਗਲਤ ਦੇ ਰਹੇ ਹਾਂ ਐਕਚੁਅਲ 'ਚ। ਜੇਕਰ ਗੱਲ ਕਰੀਏ ਹਰਮਨ ਜੀ, ਲਗਾਤਾਰ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਮਿਲਦੇ ਹੋ, ਬਹੁਤ ਸਾਰੇ ਲੋਕ ਤੁਹਾਡੇ ਕੋਲੇ, ਜ਼ਿਆਦਾਤਰ ਤਾਂ ਐਸੇ ਹੀ ਆਉਂਦੇ ਆ। ਹਰੇਕ ਬੰਦਾ ਕਹਿੰਦਾ ਯਾਰ ਮੇਰੇ ਦਿਮਾਗ ਦੇ ਉੱਪਰ ਟੈਨਸ਼ਨ ਹੈ, ਇੱਕ ਭਾਰ ਜਿਹਾ ਬਣਿਆ ਪਿਆ, ਇੱਕ ਬੋਝ ਜਿਹਾ ਬਣਿਆ ਪਿਆ, ਮੈਂ ਇਹਨੂੰ ਖਾਲੀ ਕਿਵੇਂ ਕਰਾਂ, ਇਹਨੂੰ ਲਾਵਾਂ ਕਿਵੇਂ? ਜੀ ਸਰ, ਦੇਖੋ ਹਰ ਚੀਜ਼ ਦਾ ਨਾ ਇੱਕ ਯੂਜ਼ਰ ਮੈਨੂਅਲ ਹੁੰਦਾ। ਅਸੀਂ ਮੋਬਾਈਲ ਫੋਨ ਯੂਜ਼ ਕਰਦੇ ਹਾਂ, ਉਹਦੇ ਨਾਲ ਇੱਕ ਵਾਈਟ ਕਲਰ ਦੀ ਬੁੱਕਲੈਟ ਆਉਂਦੀ ਹੈ। ਅਸੀਂ ਕਾਰ ਲੈਂਦੇ ਹਾਂ, ਤੁਸੀਂ ਦੇਖਿਓ ਉਹਦੇ ਵੀ ਡੈਸ਼ਬੋਰਡ 'ਚ ਇੱਕ ਵਾਈਟ ਕਲਰ ਦੀ ਬੁੱਕਲੈਟ ਹੈ, ਜਾਂ ਕੋਈ ਵੀ ਪ੍ਰੋਡਕਟ ਅਸੀਂ ਪਰਚੇਸ ਕਰਦੇ ਹਾਂ ਉਹਦੇ ਨਾਲ ਯੂਜ਼ਰ ਮੈਨੂਅਲ ਆਉਂਦਾ ਹੈ, ਜੋ ਕਿ ਮਦਦ ਕਰਦਾ ਹੈ ਕਿ ਉਸ ਪਰਟੀਕੁਲਰ ਡਿਵਾਈਸ ਨੂੰ ਯੂਜ਼ ਕਿੱਦਾਂ ਕਰਨਾ ਹੈ, ਉਹਦੇ ਫੀਚਰਸ ਨੂੰ ਕਿੱਦਾਂ ਜਾਣਨਾ ਹੈ, ਜੇ ਕੋਈ ਦਿੱਕਤ ਆ ਜਾਂਦੀ ਹੈ ਤਾਂ ਕਿੱਦਾਂ ਉਹਨੂੰ ਰਿਜ਼ੋਲਵ ਕਰਨਾ। ਕਹਿੰਦੇ ਕੋਈ ਵੀ ਪ੍ਰੋਡਕਟ ਜਦ ਮੈਨੂਫੈਕਚਰ ਹੁੰਦਾ ਹੈ ਤਾਂ ਯੂਜ਼ਰ ਮੈਨੂਅਲ ਦੇ ਨਾਲ ਹੁੰਦਾ ਹੈ, ਪਰ ਜਦ ਕੋਈ ਇਨਸਾਨ ਪੈਦਾ ਹੁੰਦਾ ਨਾ ਤਾਂ ਉਹ ਯੂਜ਼ਰ ਮੈਨੂਅਲ ਤੋਂ ਬਿਨਾਂ ਪੈਦਾ ਹੁੰਦਾ ਹੈ। ਉਹਨੂੰ ਗੁੱਸਾ ਚੜਦਾ ਹੈ ਪਰ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਗੁੱਸਾ ਖਤਮ ਕਿੱਦਾਂ ਕਰਾਂ, ਮਾਈਂਡ 'ਚ ਰਿਲੈਕਸੇਸ਼ਨ ਕਿੱਦਾਂ ਲੈ ਕੇ ਆਵਾਂ। ਜਦ ਅਸੀਂ ਬਚਪਨ 'ਚ ਸੀਗੇ ਅਸੀਂ ਬੜੇ ਖੁਸ਼ ਰਹਿੰਦੇ ਸੀਗੇ, ਅੱਜ ਲੋਕ ਕਹਿੰਦੇ ਖੁਸ਼ੀ ਕਿੱਦਾਂ ਲੈ ਕੇ ਆਈਏ, ਕੌਨਫੀਡੈਂਸ ਕਿੱਦਾਂ ਲੈ ਕੇ ਆਈਏ, ਹੈਪੀਨੈਸ ਕਿੱਦਾਂ ਲੈ ਕੇ ਆਈਏ, ਕਿਉਂਕਿ ਉਹ ਯੂਜ਼ਰ ਮੈਨੂਅਲ ਸਾਡੇ ਕੋਲ ਨਹੀਂ ਹੈ ਔਰ ਅਸੀਂ ਓਵਰ ਥਿੰਕਿੰਗ ਕਰਦੇ ਜਾ ਰਹੇ ਹਾਂ। ਉਹ ਸਰਤਾਜ ਸਾਹਿਬ ਦਾ ਇੱਕ ਛੋਟਾ ਜਿਹਾ ਗਾਣਾ ਕਹਿੰਦਾ, ਸਾਰਾ ਕੰਮ ਚੱਲਦੀ ਚੱਲਦਾ, ਛਾਣ ਨਾ ਹੱਲੀ ਚੱਲਦਾ, ਜਿਹੜੇ ਕਰਦੇ ਹਾਏ ਹਾਏ, ਪਤਾ ਨਹੀਂ ਇਸ ਦੁਨੀਆ 'ਚ ਆਏ ਕਿ ਨਾ ਆਏ। ਤਾਂ ਸਿੰਪਲ ਜਿਹਾ ਕੌਨਸੈਪਟ ਹੈ, ਲਾਈਫ ਬਹੁਤ ਸਿੰਪਲ ਹੈ, ਲਾਈਫ ਬਹੁਤ ਬਿਊਟੀਫੁਲ ਹੈ, ਅਸੀਂ ਇਹਨੂੰ ਬਹੁਤ ਜ਼ਿਆਦਾ ਕੰਪਲੀਕੇਟਿਡ ਅਤੇ ਬਹੁਤ ਜ਼ਿਆਦਾ ਫਰਸਟ੍ਰੇਟਿਡ ਕਰ ਦਿੱਤਾ, ਜਿਹਦੇ ਵਜ੍ਹਾ ਤੋਂ ਮੈਂਟਲੀ ਅਸੀਂ ਲੋਕ ਡਿਸਟਰਬ ਰਹਿੰਦੇ ਹਾਂ। ਸਾਡੇ ਸੋਸ਼ਲ ਰਿਲੇਸ਼ਨ ਕੁਛ ਨਹੀਂ ਹੈਗੇ, ਪਰ ਸਾਡੇ ਸੋਸ਼ਲ ਮੀਡੀਆ 'ਤੇ ਬਹੁਤ ਅੱਛੇ ਰਿਲੇਸ਼ਨਸ ਨੇ, ਅਤੇ ਇਸ ਕਰਕੇ ਅਸੀਂ ਉਸ ਦੌਰ ਤੋਂ ਅਗਰ ਬਾਹਰ ਆਈਏ ਤਾਂ ਆਪਣੇ ਆਪ ਨੂੰ ਪਹਿਚਾਣ ਸਕਦੇ ਹਾਂ। ਜੀ ਬਿਲਕੁਲ ਹਰਮਨ ਜੀ, ਜੇਕਰ ਗੱਲ ਕਰੀਏ ਤਾਂ ਆਪਾਂ ਉਹੀ ਗੱਲ ਫਿਰ ਦੁਬਾਰਾ ਦੁਹਰਾਈ ਜਾਂਦੀ ਹੈ, ਕਹਿੰਦੇ ਵੀ ਸਵੇਰੇ ਉੱਠਦਾ, ਸਵੇਰੇ ਉੱਠ ਕੇ ਜਦੋਂ ਫੋਨ ਚੱਕ ਲੈਂਦੇ ਹਾਂ ਆਪਾਂ, ਫੋਨ ਦੇ ਵਿੱਚ ਆਪਾਂ ਇੰਨਾ ਕੁ ਜ਼ਿਆਦਾ ਚਲੇ ਜਾਂਦੇ ਹਾਂ, ਆਪਾਂ ਆਪਦੀ ਜ਼ਿੰਦਗੀ ਨੂੰ ਭੁੱਲ ਜਾਂਦੇ ਹਾਂ। ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਵੀ ਫਲਾਣੇ ਬੰਦੇ ਨੇ ਸਟੇਟਸ ਕਿਹੜਾ ਲਾਇਆ, ਫਲਾਣੇ ਬੰਦੇ ਨੇ ਪੋਸਟ ਕਿਹੜੀ ਪਾਈ, ਆਪਾਂ ਲੋਕਾਂ ਦੀ ਦੁਨੀਆ ਫਰੋਲੀ ਜਾਂਦੇ ਹਾਂ, ਆਪਣੇ ਆਪ ਨੂੰ ਸਵੇਰੇ ਫਰੋਲਣਾ ਹੀ ਭੁੱਲ ਗਏ। ਭਾਜੀ ਇਹੀ ਤਾਂ ਗੱਲ ਹੈ ਨਾ, ਅਸੀਂ ਆਪਣੇ ਆਪ ਨੂੰ ਪਿਆਰ ਕਰਨਾ ਵੀ ਛੱਡਤਾ, ਅਸੀਂ ਆਪਣੇ ਆਪ ਨੂੰ ਸੈਲਫ ਐਨਾਲਿਸਿਸ ਕਰਨਾ ਵੀ ਛੱਡਤਾ, ਅਸੀਂ ਸਿਰਫ ਔਰ ਸਿਰਫ ਇਹ ਚਾਹੁੰਦੇ ਹਾਂ ਕਿ ਸਾਹਮਣੇ ਵਾਲਾ ਸਾਨੂੰ ਐਪਰੀਸ਼ੀਏਟ ਕਰੇ। ਜੀ ਸਾਹਮਣੇ ਜਿਵੇਂ ਛੋਟਾ ਬੱਚਾ ਹੈ, ਇਹਦੀ ਸ਼ੁਰੂਆਤ ਕਿੱਦਾਂ ਹੁੰਦੀ ਹੈ, ਕਿੱਦਾਂ ਸਾਡਾ ਯੂਜ਼ਰ ਮੈਨੂਅਲ ਕਿੱਥੋਂ ਖਰਾਬ ਹੁੰਦਾ ਹੈ? ਇੱਕ ਬੱਚਾ ਕੁਛ ਚੀਜ਼, ਕੁਛ ਕੰਮ ਅੱਛਾ ਕਰਦਾ ਹੈ ਤਾਂ ਤੁਸੀਂ ਕਹਿੰਦੇ ਹੋ ਕਿ ਅਗਰ ਆਪਣੇ ਇਸ ਵਾਰ ਬੇਟਾ ਇਤਨੇ ਮਾਰਕਸ ਲੈ ਕੇ ਆਏ ਤਾਂ ਮੈਂ ਤੈਨੂੰ ਸਾਈਕਲ ਲੈ ਕੇ ਦਾਂਗਾ, ਤੈਨੂੰ ਗੱਡੀ ਲੈ ਕੇ ਦਾਂਗਾ, ਜਾਂ ਤੈਨੂੰ ਬਾਈਕ ਲੈ ਕੇ ਦਾਂਗਾ। ਉਹਨੂੰ ਟਾਰਗੇਟ ਦੇ ਦਿੱਤਾ ਮਾਇੰਡ 'ਚ, ਯਾਨੀ ਕਿ ਜਦ ਕੋਈ ਉਹ ਅੱਛਾ ਕੰਮ ਕਰੇਗਾ ਤਾਂ ਉਹਨੂੰ ਐਪਰੀਸੀਏਸ਼ਨ ਮਿਲੇਗਾ। ਤੇ ਇਹ ਯਾਦ ਰੱਖਣਾ ਸਰ ਕਿ ਅਗਰ ਐਪਰੀਸੀਏਸ਼ਨ ਨਾਲ, ਅਗਰ ਚੰਗੇ ਕੰਮ ਤੇ ਐਪਰੀਸੀਏਸ਼ਨ ਮਿਲੇਗਾ ਨਾ, ਫਿਰ ਜਦ ਮਾੜਾ ਕੰਮ ਹੋਏਗਾ ਨਾ ਉਹਦੇ ਤੇ ਵੀ ਇਫੈਕਟ ਹੋਏਗਾ। ਸਿੰਪਲ ਜੀ ਗੱਲ ਹੈ, ਸਾਡੇ ਤੇ ਨਾ ਚੰਗੇ ਦਾ ਨਾ ਮਾੜੇ ਦਾ ਅਸਰ ਪਏ, ਅਸੀਂ ਆਪਣੇ ਆਪ 'ਚ ਰਹੀਏ, ਆਪਣੇ ਆਪ ਨੂੰ ਜਾਣੀਏ, ਆਪਣੇ ਆਪ ਨੂੰ ਪਹਿਚਾਨੀਏ, ਇਹ ਸਾਡਾ ਪ੍ਰਾਇਮਰੀ ਟਾਰਗੇਟ ਹੋਣਾ ਚਾਹੀਦਾ ਹੈ। ਕਿਉਂਕਿ ਅਗਰ ਐਪਰੀਸੀਏਸ਼ਨ ਕਿਸੇ ਬੰਦੇ ਦੇ ਦਿਮਾਗ ਤੇ ਇਫੈਕਟ ਕਰਦਾ ਹੈ ਤੇ ਡਿਸਐਗਰੀਮੈਂਟ ਵੀ ਕਰੇਗਾ। ਇਸ ਕਰਕੇ ਆਪਣੇ ਆਪ 'ਚ ਰਹਿਣਾ ਉਹ ਜ਼ਿਆਦਾ ਇੰਪੋਰਟੈਂਟ ਹੈ। ਜੀ ਜੀ, ਸਾਡਾ ਕੰਮ ਹੈ ਮੀਡੀਆ ਲਾਈਨ ਦਾ, ਸਵੇਰ ਤੋਂ ਸ਼ਾਮ ਤੱਕ ਕੁਝ ਨਾ ਕੁਝ ਸੋਚਣਾ, ਕੁਝ ਨਾ ਕੁਝ ਚੱਲਦਾ ਰਹਿਣਾ ਦਿਮਾਗ ਦੇ ਉੱਪਰ। ਗੱਡੀ ਚਲਾਉਂਦੇ ਹਾਂ ਤਾਂ ਸਾਹਮਣੇ ਨਿਗਾਹ ਤਾਂ ਜ਼ਰੂਰ ਆਪਾਂ ਕਹਿ ਦਿੰਦੇ ਹਾਂ ਵੀ ਸਾਹਮਣੇ ਹੁੰਦੀ ਹੈ, ਸਟੀਅਰਿੰਗ ਦੇ ਉੱਪਰ ਬੈਠੇ ਹੁੰਦੇ ਹਾਂ, ਪਰ ਸੋਚ ਕੁਝ ਹੋਰ ਰਹੇ ਹੁੰਦੇ ਹਾਂ, ਖਬਰਾਂ ਦੇ ਵਿੱਚ ਰੁੱਝੇ ਪਏ ਹੁੰਦੇ ਹਾਂ। ਜੇਕਰ ਹਰਮਨ ਜੀ ਗੱਲ ਕਰੀਏ ਤਾਂ ਅੱਜ ਕੱਲ੍ਹ ਦੇ ਸਮੇਂ ਨੂੰ, ਜੇ ਹੁਣ ਦੇ ਵਾਚ ਦੀ ਮੈਂ ਸਮੇਂ ਦੀ ਗੱਲ ਕਰਾਂ, ਕਿਉਂਕਿ ਤੁਹਾਡਾ ਮੈਂ ਫਿਰ ਉਹੀ ਗੱਲ ਕਰਾਂ, ਵਾਹ ਪੈਂਦਾ ਬਹੁਤ ਸਾਰੇ ਲੋਕਾਂ ਨਾਲ। ਜੀ, ਹੁਣ ਤੁਸੀਂ ਕੀ ਸੋਚਦੇ ਹੋ ਲੋਕਾਂ ਬਾਰੇ, ਅੱਜ ਦੇ ਲੋਕਾਂ ਬਾਰੇ ਅੱਜ ਕੀ ਸੋਚ ਰਹੇ ਆ ਲੋਕ, ਕਿੱਧਰ ਨੂੰ ਤੁਰੇ ਜਾ ਰਹੇ ਆ ਲੋਕ? ਸਰ ਦੇਖੋ, ਸਾਇੰਸ ਨੇ ਨਾ ਪ੍ਰੂਫ ਕੀਤਾ ਹੈ ਕਿ ਇੱਕ ਦਿਨ ਦੇ ਅੰਦਰ ਇੱਕ ਹਿਊਮਨ ਮਾਈਂਡ ਤੋਂ 60,000 ਤੋਂ ਜ਼ਿਆਦਾ ਥੌਟ ਟਰੈਵਲ ਕਰਦੇ ਹਾਂ। ਹਰ ਇੱਕ ਮਿੰਟ ਦੇ ਅੰਦਰ ਅਸੀਂ 25 ਤੋਂ 35 ਗੱਲਾਂ ਸੋਚਦੇ ਹਾਂ, ਠੀਕ ਹੈ? ਔਰ ਉਹ ਗੱਲਾਂ ਕਿੱਦਾਂ ਸੋਚਾਂਗੇ? ਸਾਡਾ ਜਿਹੜਾ ਦਿਮਾਗ ਹੈ ਨਾ, ਇਸ ਮੋਬਾਈਲ ਫੋਨ ਦੀ ਤਰ੍ਹਾਂ, ਤੁਹਾਡੇ ਮੋਬਾਈਲ ਫੋਨ ਦੇ ਅੰਦਰ ਅਲੱਗ ਅਲੱਗ ਸੋਫਟਵੇਅਰ ਨੇ, ਵਟਸਐਪ ਹੈ, ਫੇਸਬੁੱਕ ਹੈ, ਚੰਗੇ ਤੇ ਮਾੜੇ ਹਰ ਤਰੀਕੇ ਦੇ ਸੋਫਟਵੇਅਰ ਹਰ ਬੰਦੇ ਦੇ ਮੋਬਾਈਲ 'ਚ ਨੇ। ਜਿੱਦਾਂ ਦਾ ਸੋਫਟਵੇਅਰ ਖੁੱਲੇਗਾ ਉਦਾਂ ਦੇ ਵਿਚਾਰ ਆਣਗੇ। ਜਦ ਅਸੀਂ ਸਵੇਰੇ ਉੱਠ ਕੇ ਨਾ ਅਸੀਂ ਕਰੀਅਰ ਵਾਲਾ ਸੋਫਟਵੇਅਰ ਖੋਲਿਆ, ਨਾ ਅਸੀਂ ਗਰੋਥ ਵਾਲਾ ਸੋਫਟਵੇਅਰ ਖੋਲਿਆ, ਨਾ ਅਸੀਂ ਹੈਲਥ ਵਾਲਾ ਸੋਫਟਵੇਅਰ ਖੋਲਿਆ, ਅਸੀਂ ਕੀ ਖੋਲਿਆ?
ਕਿ ਮੇਰੀ ਕੱਲ ਪਾਈ ਫੋਟੋ ਤੇ ਕਿੰਨੇ ਲਾਈਕ ਆਏ ਨੇ ਤੇ ਉਹ ਲਾਈਕ ਜਿੱਥੋਂ ਗੱਲ ਸਟਾਰਟ ਹੋਈ ਸੀਗੀ ਜਦ ਜ਼ਿਆਦਾ ਲਾਈਕ ਆਉਂਦੇ ਨੇ ਤੇ ਮੈਂ ਬੜਾ ਐਕਸਾਈਟਿਡ ਹੋ ਜਾਂਦਾ ਜਦੋਂ ਘੱਟ ਲਾਈਕ ਆਉਂਦੇ ਆ ਤੇ ਫਿਰ ਉਹ ਡਿਸਐਗਰੀਮੈਂਟ ਵਾਲੀ ਗੱਲ ਜਿਹੜੀ ਮੈਂ ਹੁਣੇ ਕਹੀ ਸੀ ਕਿ ਅਗਰ ਕੋਈ ਚੀਜ਼ ਐਪਰੀਸ਼ੀਏਸ਼ਨ ਮੇਰੇ ਤੇ ਇਫੈਕਟ ਕਰੇਗਾ ਤੇ ਡਿਸਐਗਰੀਮੈਂਟ ਵੀ ਕਰੇਗਾ ਪਰ ਲੋਕੀ ਜਿਹੜੇ ਨੇ ਇਸ ਟ੍ਰੈਪ ਦੇ ਅੰਦਰ ਫਸਦੇ ਜਾ ਰਹੇ ਨੇ ਇਸੇ ਕਰਕੇ ਲੋਕਾਂ ਨੂੰ ਅਗਰ ਪੁੱਛਿਆ ਜਾਏ ਕਿ ਤੁਸੀਂ ਸਾਰਾ ਦਿਨ ਚ ਕੀ ਕੀਤਾ ਤੇ ਉਹਨਾਂ ਕੋਲ ਕੋਈ ਆਨਸਰ ਹੀ ਨਹੀਂ ਹੁੰਦਾ ਕਿਉਂਕਿ ਇਹ ਸਾਡੀ ਸਹੂਲੀਅਤ ਵਾਸਤੇ ਬਣਿਆ ਸੀ ਪਰ ਕਹਿੰਦੇ ਨਾ ਵਿਗਿਆਨ ਅਭਿਸ਼ਾਪ ਵੀ ਹੈ ਔਰ ਵਰਦਾਨ ਵੀ ਹੈ ਤੇ ਤੁਸੀਂ ਉਹਨੂੰ ਕਿੱਦਾਂ ਯੂਜ਼ ਕਰਦੇ ਹੋ ਤੁਹਾਡੇ ਉੱਤੇ ਮੈਟਰ ਕਰਦਾ ਜੀ ਆਪਾਂ ਅੱਜ ਕੱਲ ਕਿਸੇ ਨੂੰ ਫੋਨ ਲਾਉਨੇ ਆ ਜੀ ਪੁੱਛਦੇ ਆ ਕੀ ਕਰ ਰਹੇ ਆ ਯਾਰ ਮੈਂ ਬਿਜ਼ੀ ਆ ਜੀ ਤੁਸੀਂ ਕਿਸੇ ਬੰਦੇ ਨੂੰ ਇਹ ਸੁਣਿਆ ਵੀ ਮੈਂ ਵਿਹਲਾ ਬਈ ਯਾਰ ਮੈਨੂੰ ਕੋਈ ਕੰਮ ਨਹੀਂ ਉਹ ਜਿਹੜਾ ਵਿਹਲਾ ਹੈ ਨਾ ਉਹਨੂੰ ਕਦੀ ਕਹਿ ਦੋ ਯਾਰ ਉਹ ਉੱਥੇ ਜਾਣਾ ਕਿ ਨਾ ਨਾ ਭਾ ਮੈਂ ਬਹੁਤ ਬਿਜ਼ੀ ਹਾਂ ਵਿਹਲਾ ਬੰਦਾ ਹੀ ਬਿਜ਼ੀ ਹੈ ਜੀ ਕੀ ਮੰਨਦੇ ਹੋ ਵੀ ਅੱਜ ਕੱਲ ਜੇਕਰ ਦੁਨੀਆ ਦੀ ਗੱਲ ਕਰ ਲਈਏ ਇੱਕ ਛੋਟਾ ਜਿਹਾ ਬੱਚਾ ਹੈ ਛੋਟੇ ਦੇ ਬੱਚੇ ਨੂੰ ਪਹਿਲਾਂ ਹੁੰਦਾ ਸੀ ਵੀ ਜਦੋਂ ਕਹਿੰਦੇ ਸੀ 4-5 ਸਾਲ ਤੱਕ ਬਾਅਦ ਸਕੂਲ ਲਾਓ ਜੀ ਉਹ 4-5 ਸਾਲ ਖੇਲ ਲੇ ਕੁੱਦ ਲੇ ਨੱਚ ਲੇ ਅੱਜ ਕੱਲ ਕਹਿੰਦੇ ਵੀ ਸਾਲ ਤੋਂ ਬਾਅਦ ਇਹਨੂੰ ਪਲੇਵੇ ਸਕੂਲ ਚ ਪਾਓ ਜੀ ਲੱਗਦਾ ਵੀ ਕਿਤੇ ਨਾ ਕਿਤੇ ਵੀ ਬਹੁਤ ਵੱਡਾ ਪ੍ਰਭਾਵ ਪੈਂਦਾ ਔਰ ਪਲੇਵੇ ਚ ਕਿਉਂ ਪਾਣਾ ਪੈ ਰਿਹਾ ਦਾ ਕਾਰਨ ਸਮਝਦੇ ਸੀ ਤੁਸੀਂ ਅੱਜ ਕੱਲ ਦੀਆਂ ਬੀਬੀਆਂ ਸਾਡੀਆਂ ਭੈਣਾਂ ਭਰਜਾਈਆਂ ਬੱਚਾ ਸਿਰਫ 2 ਮਹੀਨੇ ਦਾ ਹੁੰਦਾ ਉਹਨਾਂ ਨੇ ਚੁੱਪ ਕਰਾਉਣਾ ਹੁੰਦਾ ਮੋਬਾਈਲ ਦੇ ਦਿੰਦੇ ਆ ਤੁਸੀਂ ਐਕਚੁਅਲ ਚ ਜਿੰਨਾ ਕੁ ਨਸ਼ਾ 2 ਸਿਗਰਟ ਜਾਂ ਦੀ ਡੱਬੀ ਨਾਲ ਹੋਣਾ ਹੈ ਨਾ ਉਹਨਾਂ ਕੁ ਨਸ਼ਾ ਤੁਸੀਂ ਮੋਬਾਈਲ ਨਾਲ ਦੇ ਰਹੇ ਹੋ ਉਹ ਬੱਚਾ ਨਾ ਮੋਬਾਈਲ ਤੋਂ ਬਿਨਾ ਖਾਣਾ ਖਾਂਦਾ ਹੈ ਨਾ ਉਹ ਮੋਬਾਈਲ ਤੋਂ ਬਿਨਾ ਕੋਈ ਤੁਹਾਡੀ ਗੱਲ ਮੰਨਦਾ ਹੈ ਜਦ ਕੋਈ ਗੱਲ ਮਨਵਾਣੀ ਹੁੰਦੀ ਹੈ ਤੇ ਉਹ ਮੋਬਾਈਲ ਦੇ ਦਿੱਤਾ ਜਾਂਦਾ ਹੈ ਬੱਚਾ ਬਾਹਰ ਖੇਡਣ ਹੀ ਨਹੀਂ ਜਾ ਰਿਹਾ ਫਿਜ਼ੀਕਲ ਐਕਟੀਵਿਟੀ ਨਹੀਂ ਕਰ ਰਿਹਾ ਔਰ ਉਹ ਐਕਟੀਵਿਟੀ ਕਰਾਨ ਵਾਸਤੇ ਉਹਨਾਂ ਨੂੰ ਪਲੇਵੇ ਚ ਭੇਜ ਰਹੇ ਹਾਂ ਅਸੀਂ ਇਹ ਗੱਲ ਨੂੰ ਸਮਝਣਾ ਪਏਗਾ ਨਾ ਸਰ ਲੱਗਦਾ ਵੀਰ ਕਿਤੇ ਨਾ ਕਿਤੇ ਵੀ ਜੇ ਹੁਣ ਜਿਵੇਂ ਆਪਣਾ ਦਿਮਾਗ ਮਸ਼ੀਨ ਬਣ ਰਿਹਾ ਤਾਂ ਬਚਪਨ ਤੋਂ ਜਿਹੜਾ ਬੀਜ ਬੀਜਿਆ ਸੀ ਉਹ ਅੱਜ ਅੱਗੇ ਪ੍ਰਭਾਵ ਪਾ ਰਿਹਾ ਸਰ ਇਦਾਂ ਹੀ ਹੈ ਬਚਪਨ ਛੱਡੋ ਸਾਡੀ ਸਾਡੀ ਜਿਹੜੀ ਅਪਬ੍ਰਿੰਗਿੰਗ ਹੈ ਨਾ ਬੜਾ ਵੱਡਾ ਰੋਲ ਪਲੇ ਕਰਦੀ ਹੈ ਤੁਸੀਂ ਅੱਜ ਤੋਂ 10 ਸਾਲ ਪਹਿਲੇ ਤੱਕ ਤੁਸੀਂ ਵੀ ਫਿਜ਼ੀਕਲ ਐਕਟੀਵਿਟੀ ਬਹੁਤ ਜ਼ਿਆਦਾ ਕਰਦੇ ਹੋਵੋਗੇ ਠੀਕ ਹੈ ਗਰਮੀ ਦਾ ਪ੍ਰਭਾਵ ਸਾਡੇ ਤੇ ਨਹੀਂ ਆਉਂਦਾ ਸੀਗਾ ਠੀਕ ਹੈ ਕੋਈ ਦਰਦ ਲੱਗ ਜਾਂਦੀ ਸੀ ਚੋਟ ਲੱਗ ਜਾਂਦੀ ਸੀ ਉਹਦਾ ਪ੍ਰਭਾਵ ਬਹੁਤ ਘੱਟ ਆਉਂਦਾ ਸੀਗਾ ਅੱਜ ਅਸੀਂ ਬਾਹਰ ਹਿਊਮਿਡਿਟੀ 'ਚ ਖੜੇ ਹਾਂ ਔਰ ਸਾਰੇ ਲੋਕ ਚਾਹੁੰਦੇ ਨੇ ਕਿ ਇਹ ਇੰਟਰਵਿਊ ਜਲਦੀ ਤੋਂ ਜਲਦੀ ਖਤਮ ਹੋਵੇ ਔਰ ਅਸੀਂ ਏਸੀ 'ਚ ਜਾਈਏ ਬਿਲਕੁਲ ਆਹ ਮੈਟਰ ਨਹੀਂ ਕਰਦਾ ਕਿ ਉਹ ਬੱਚਾ ਹੈ ਜਾਂ ਵੱਡੇ ਆ ਤੁਹਾਨੂੰ ਵੀ ਤੇ ਸਰ ਮੈਕਸੀਮਮ ਲੋਕਾਂ ਨੂੰ ਮੈਕਸੀਮਮ ਲੋਕ ਐਸੇ ਹੈ ਜਿਹੜੇ ਟ੍ਰਿਗਰ ਨੇ ਬਿਨਾਂ ਮੋਬਾਈਲ ਤੋਂ ਰੋਟੀ ਨਹੀਂ ਖਾ ਸਕਦੇ ਦੱਸੋ ਖਾਣਾ ਖਾਂਦੇ ਟਾਈਮ ਮੋਬਾਈਲ ਚਾਹੀਦਾ ਹੈ ਮੋਬਾਈਲ ਤੋਂ ਬਿਨਾਂ ਫਰੈਸ਼ ਨਹੀਂ ਹੋ ਸਕਦੇ ਬਹੁਤ ਲੋਕ ਨਹੀਂ ਤੇ ਉਹ ਸਾਰਿਆਂ ਦੇ ਨਾਲ ਆ ਸਰ 90% ਲੋਕਾਂ ਦੇ ਨਾਲ ਇਹ ਪ੍ਰੋਬਲਮਸ ਨੇ ਤੇ ਇਹ ਮਾਈਂਡ ਹੈ ਸਭ ਸਿੰਪਲ ਜੀ ਗੱਲ ਹੈ ਬਾਡੀ ਨੂੰ ਜਿੰਨੀ ਤੁਸੀਂ ਅੱਛੀ ਡਾਈਟ ਦੋਗੇ ਓਨਾ ਜ਼ਿਆਦਾ ਬਾਡੀ ਅੱਛਾ ਗਰੋ ਕਰੇਗੀ ਮਾਈਂਡ ਨੂੰ ਜਿੱਦਾਂ ਦੀ ਡਾਈਟ ਦੋਗੇ ਓਦਾਂ ਦਾ ਗਰੋ ਕਰੇਗਾ ਅਸੀਂ ਸਾਰਾ ਦਿਨ ਕੀ ਦੇਖ ਰਹੇ ਹਾਂ ਜਾਂ ਤੇ ਮੀਡੀਆ ਦੇਖ ਰਹੇ ਹਾਂ ਜਾਂ ਅਸੀਂ ਸਕਰੋਲਿੰਗ ਕਰਨ ਦੇ ਨਾਲ ਉਹ ਚੀਜ਼ਾਂ ਦੇਖ ਰਹੇ ਹਾਂ ਜਿਹਦਾ ਸਾਡੀ ਜ਼ਿੰਦਗੀ 'ਚ ਕੋਈ ਲੈਣਾ ਦੇਣਾ ਨਹੀਂ ਹੈ ਔਰ ਅਸੀਂ ਰਿਪੀਟ ਕਰ ਕਰਕੇ ਦੇਖੀ ਜਾ ਰਹੇ ਹਾਂ ਸਾਨੂੰ ਨਹੀਂ ਪਤਾ ਅਸੀਂ ਕਿਉਂ ਦੇਖ ਰਹੇ ਹਾਂ ਔਰ ਉਹ ਦੇਖਦੇ ਉਹ ਹਿਪਨੋਟਿਜ਼ਮ ਦੀ ਇੱਕ ਸਟੇਜ ਆ ਜਾਂਦੀ ਹੈ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕਿਹੜਾ ਕੰਮ ਕਿਉਂ ਕਰ ਰਹੇ ਹਾਂ ਔਰ ਥੋੜੀ ਦੇਰ ਬਾਅਦ ਇਹ ਦਿਮਾਗ ਜਿਹੜਾ ਇੱਥੋਂ ਸੁੰਨ ਹੋ ਜਾਂਦਾ ਫਿਰ ਬੰਦਾ ਦਿਲ ਕਰਦਾ ਕਿ ਰੋਟੀ ਖਾਵਾਂ ਤੇ ਸੋ ਜਾਵਾਂ ਔਰ ਸੁਣਦੇ ਸੁਣਦੇ ਵੀ ਮੈਂ ਧਿਆਨ ਰਹਿੰਦਾ ਕਿ ਮੇਰੇ ਫੋਨ ਤੇ ਕੋਈ ਨੋਟੀਫਿਕੇਸ਼ਨ ਨਾ ਆਏ ਸਵੇਰੇ ਉੱਠਦੇ ਹਾਂ ਉੱਠਦੇ ਸਾਰ ਮੋਬਾਈਲ ਖੋਲਦੇ ਹਾਂ ਰਾਤੀ ਸੌਂਦੇ ਹਾਂ ਸੌਣ ਤੋਂ ਪਹਿਲੇ ਮੋਬਾਈਲ ਯੂਜ਼ ਕਰਕੇ ਰੱਖਦੇ ਹਾਂ ਯਾਨੀ ਕਿ ਮਾਈਂਡ ਨੂੰ ਡਾਈਟ ਕੀ ਦੇ ਰਹੇ ਹਾਂ ਅਸੀਂ ਟੌਕਸਿਕ ਡਾਈਟ ਦੇ ਰਹੇ ਹਾਂ ਅਸੀਂ ਸਾਰਾ ਦਿਨ ਜੋ ਸਾਨੂੰ ਮੀਡੀਆ 'ਚ ਪਰੋਸਿਆ ਜਾ ਰਿਹਾ ਉਹ ਨੈਗੇਟਿਵ ਅਸੀਂ ਗ੍ਰੈਪ ਕਰ ਰਹੇ ਹਾਂ ਮੈਡੀਟੇਸ਼ਨ ਨਹੀਂ ਕਰ ਪਾ ਰਹੇ ਪੋਜ਼ਿਟਿਵ ਰਾਈਟਿੰਗ ਨਹੀਂ ਕਰ ਪਾ ਰਹੇ ਪੋਜ਼ਿਟਿਵ ਵਿਚਾਰ ਆਪਣੇ ਅੰਦਰ ਨਹੀਂ ਲੈ ਕੇ ਆ ਪਾ ਰਹੇ ਤੇ ਜਦ ਅਸੀਂ ਪੋਜ਼ਿਟਿਵ ਡਾਈਟ ਆਪਣੇ ਮਾਈਂਡ ਨੂੰ ਨਹੀਂ ਦੇਵਾਂਗੇ ਤੇ ਅਸੀਂ ਕਿੱਦਾਂ ਐਕਸਪੈਕਟ ਕਰੀਏ ਕਿ ਸਾਡੀ ਜ਼ਿੰਦਗੀ 'ਚ ਚੇਂਜ ਆਏਗਾ ਤੁਸੀਂ ਇੱਕ ਮੋਟੀਵੇਸ਼ਨਲ ਸਪੀਕਰ ਇੱਕ ਨਿੱਜੀ ਜਿਹਾ ਸਵਾਲ ਪੁੱਛਦਾ ਤੁਸੀਂ ਤਾਂ ਸਾਨੂੰ ਮੋਟੀਵੇਟ ਕਰਤਾ ਸਪੀਕ ਗੱਲਾਂ ਬਾਤਾਂ ਰਾਹੀਂ ਬਹੁਤ ਸਾਰੇ ਲੋਕਾਂ ਤੇ ਤੁਹਾਡੇ ਕੋਲੇ ਮੋਟੀਵੇਸ਼ਨ ਤੁਸੀਂ ਕਿੱਥੋਂ ਹੁੰਨੇ ਹੋ ਤੁਸੀਂ ਕਿੱਥੋਂ ਮੋਟੀਵੇਟ ਹੁੰਨੇ ਹੋ ਸਰ ਅਸੀਂ ਕੁਦਰਤ ਤੋਂ ਸਿੱਖਦੇ ਆ ਮਨ ਜੀਤੇ ਜਗਜੀਤ ਗੁਰਬਾਣੀ ਤੋਂ ਸਿੱਖਦੇ ਆ ਕਹਿੰਦੇ ਮਨ ਜੀਤੇ ਜਗਜੀਤ ਜੇ ਅਸੀਂ ਆਪਣੀ ਪ੍ਰੋਬਲਮ ਹੱਲ ਕਰ ਸਕਦੇ ਹਾਂ ਨਾ ਤਾਂ ਹੀ ਅਸੀਂ ਦੁਨੀਆ ਦੀ ਪ੍ਰੋਬਲਮ ਹੱਲ ਕਰ ਸਕਦੇ ਹਾਂ ਅਸੀਂ ਬੇਸਿਕਲੀ ਮੈਂ ਇੱਕ ਹਿਪਨੋਥੈਰੇਪਿਸਟ ਹਾਂ ਤੇ ਮੈਂ ਸੈਲਫ ਹਿਪਨੋਟਿਜ਼ਮ ਦੇ ਥਰੂ ਵੀ ਮੈਡੀਟੇਟ ਕਰਦਾ ਮਨ ਨੂੰ ਸ਼ਾਂਤ ਕਰਦਾ ਠੀਕ ਹੈ ਮੈਂ ਪੋਜ਼ਿਟਿਵ ਬੁੱਕਸ ਪੜ੍ਹਦਾ ਸਿਰਫ ਉਹੀ ਵਿਚਾਰ ਸੁਣਦਾ ਵਾਂ ਜੋ ਮੇਰੇ ਕੰਮ ਦੇ ਹੋਣ ਜੇ ਮੈਨੂੰ ਲੱਗੇ ਕਿ ਹਾਂ ਕੋਈ ਮੇਰਾ ਦੋਸਤ ਮਿੱਤਰ ਜਿਹਨੂੰ ਮੈਂ ਸਰੀਰਕ ਤੌਰ ਤੇ ਨਹੀਂ ਛੱਡ ਸਕਦਾ ਮੇਰੇ ਨਾਲ ਖੜਾ ਹੈ ਔਰ ਨੈਗੇਟਿਵ ਗੱਲ ਕਰ ਰਿਹਾ ਤੇ ਆਪਾਂ ਆਪਣੇ ਦਿਮਾਗ 'ਚ ਫਿਲਟਰ ਲਾ ਲਈਦਾ ਕਿ ਇਹਦੀ ਨੈਗੇਟਿਵ ਗੱਲ ਨਹੀਂ ਸੁਣਨੀ ਬਾਡੀ ਵਾਸਤੇ ਧਿਆਨ ਦੇਣੇ ਨਾ ਸਰ ਅਸੀਂ ਇਸ ਕਰਕੇ ਸਰ ਮਾਈਂਡ ਵਾਸਤੇ ਵੀ ਧਿਆਨ ਦੇਣਾ ਬਹੁਤ ਇੰਪੋਰਟੈਂਟ ਹੈ ਔਰ ਮੈਂ ਕੋਸ਼ਿਸ਼ ਕਰਦਾ ਕਿ ਸਾਰਾ ਦਿਨ ਆਪਣਾ ਇਨਵਾਇਰਮੈਂਟ ਉਦਾਂ ਦਾ ਕ੍ਰੀਏਟ ਕਰਾਂ ਕਿ ਪੋਜ਼ਿਟਿਵ ਲੋਕ ਔਰ ਪੋਜ਼ਿਟਿਵ ਚੀਜ਼ਾਂ ਮੇਰੇ ਆਸ ਪਾਸ ਹੁੰਦੀਆਂ ਰਹਿਣ
ਬਹੁਤ ਸਾਰੇ ਮੋਟੀਵੇਸ਼ਨਲ ਸਪੀਕਰਾਂ ਦੀ ਜੇਕਰ ਮੈਂ ਗੱਲ ਕਰਾਂ ਅਨਾਊਂਸ ਕਰਦੇ ਨੇ ਵੀ ਤੁਸੀਂ ਬਿਜ਼ਨਸ ਲਈ ਗੱਲਾਂ ਗੱਲਾਂ 'ਚ ਅੰਬਾਨੀ ਅੰਡਾਨੀਆਂ ਦੀ ਗੱਲ ਕਰਦੇ ਵੀ ਅੰਡਾਨੀ ਅੰਬਾਨੀ ਬਣ ਜਾਓਗੇ ਤੁਸੀਂ ਬਹੁਤ ਐਸੇ ਤਰ੍ਹਾਂ ਨਾਲ ਬਿਜ਼ਨਸ ਨਾਲ ਅਤੇ ਕਹਿੰਦੇ ਜਿਹੜੀ 9 to 5 ਵਾਲੀ ਜੋਬ ਹੈ ਨਾ ਉਹਨੂੰ ਬਹੁਤ ਘੱਟ ਰੀਪ੍ਰਜੈਂਟ ਕਰਦੇ ਪਰ ਜ਼ਿਆਦਾਤਰ ਜਿਹੜੀ ਚੱਲਦੀ ਹੈ ਤਾਂ 9 to 5 ਵਾਲੀ ਜੋਬ ਹੀ ਚੱਲਦੀ ਹੈ ਜੇਕਰ ਗੱਲ ਕਰੀਏ ਤਾਂ ਬਿਜ਼ਨਸ ਦੀ ਗੱਲ ਜ਼ਿਆਦਾ ਕੀਤੀ ਜਾਂਦੀ ਹੈ ਇਹ ਕਾਰਨ ਕੀ ਹੈ ਸਰ ਦੇਖੋ ਹਰ ਬੰਦਾ ਨਾ ਹਰ ਇੰਡੀਵਿਜੁਅਲ ਯੂਨੀਕ ਹੁੰਦਾ ਕੋਈ ਜੋਬ ਵਾਸਤੇ ਅੱਛਾ ਬਣਿਆ ਹੈ ਕੋਈ ਬਿਜ਼ਨਸ ਵਾਸਤੇ ਅੱਛਾ ਬਣਿਆ ਜਿਵੇਂ ਪਰਸਨਲੀ ਮੈਂ ਜੋਬ ਨਹੀਂ ਕਰ ਸਕਦਾ ਜੀ ਪਰ ਇਹਦਾ ਮਤਲਬ ਆ ਨਹੀਂ ਕਿ ਮੈਂ ਜੋਬ ਨਹੀਂ ਕੀਤੀ ਮੈਂ ਜੋ ਜੋਬ ਤੋਂ ਸਿੱਖਿਆ ਉਹਦੇ ਨਾਲ ਅੱਜ ਮੈਂ ਬਿਜ਼ਨਸ ਕਰ ਰਿਹਾ ਹਾਂ ਤੇ ਮੈਟਰ ਆ ਕਰਦਾ ਹੈ ਕਿ ਤੁਹਾਨੂੰ ਕਿਹੜਾ ਕੰਮ ਕਰਦੇ ਹੋਏ ਮਜ਼ਾ ਆ ਰਿਹਾ ਮੈਨੂੰ ਘੁੰਮਣਾ ਪਸੰਦ ਹੈ ਮੈਨੂੰ ਲੋਕਾਂ ਨਾਲ ਗੱਲ ਕਰਨਾ ਪਸੰਦ ਹੈ ਮੈਨੂੰ ਲੋਕਾਂ ਦੀ ਪ੍ਰੋਬਲਮਸ ਨੂੰ ਖਤਮ ਕਰਨਾ ਮਤਲਬ ਕਿ ਪ੍ਰੋਬਲਮਸ ਰਿਜ਼ੋਲਵ ਕਰਨਾ ਪਸੰਦ ਹੈ ਤੇ ਮੈਂ ਉਹਦੇ ਅਕੋਰਡਿੰਗ ਆਪਣਾ ਪ੍ਰੋਫੈਸ਼ਨ ਬਣਾਇਆ ਜਿਹੜਾ ਬੰਦਾ ਜੋਬ 'ਚ ਹੈ 9 to 5 ਹੈ ਕੋਈ ਮੈਟਰ ਨਹੀਂ ਕਰ ਰਿਹਾ ਪਰ ਜਿਹੜਾ ਕੰਮ ਉਹ ਕਰ ਰਿਹਾ ਅਗਰ ਉਹਦੇ 'ਚ ਖੁਸ਼ ਨਹੀਂ ਹੈ ਤੇ ਉਹ ਜੋਬ ਉਹ ਸੈਲਰੀ ਉਹਦੇ ਵਾਸਤੇ ਜ਼ਹਿਰ ਹੈ ਮੈਂ ਹਮੇਸ਼ਾ ਕਹਿੰਦਾ ਵਾਂ ਸੈਲਰੀ ਸੁਪਨਿਆਂ ਨੂੰ ਮਾਰਨ ਵਾਸਤੇ ਜ਼ਹਿਰ ਦਿੱਤਾ ਜਾਂਦਾ ਇਹੀ ਗੱਲ ਤੇ ਮੈਂ ਕਹਿ ਰਿਹਾ ਤੁਹਾਨੂੰ ਜੀ ਵੀ ਜਦੋਂ ਵੀ ਕਿਤੇ ਗੱਲ ਹੁੰਦੀ ਹੈ ਨਾ ਮੋਟੀਵੇਸ਼ਨਲ ਸਪੀਕਰ ਦੀ ਆਪਾਂ ਸਟੇਜ ਦੇ ਉੱਪਰ ਬਹੁਤ ਸਾਰੇ ਸੈਮੀਨਾਰ ਹੁੰਦੇ ਉਹਨਾਂ ਦੇ ਵਿੱਚ ਕਿਹਾ ਜਾਂਦਾ ਜ਼ਿਆਦਾਤਰ ਇਹੀ ਚੀਜ਼ ਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਕੀ ਕਾਰਨ ਕੀ ਮੰਨਦੇ ਵੀ ਜੋਬ ਵਾਲੇ ਚੀਜ਼ ਨੂੰ ਜ਼ਿਆਦਾ ਕਿਉਂ ਨਹੀਂ ਕਿਹਾ ਜਾਂਦਾ ਸਰ ਦੇਖੋ ਅਗਰ ਸਾਰੇ ਬਿਜ਼ਨਸ ਕਰਨਗੇ ਤਾਂ ਜੋਬ ਕੌਣ ਕਰੇਗਾ ਤਾਂ ਮੈਂ ਇਸ ਫੇਵਰ 'ਚ ਤਾਂ ਹੈ ਨਹੀਂ ਕਿਉਂਕਿ ਜੋਬ ਕਰਨ ਵਾਸਤੇ ਵੀ ਲੋਕ ਚਾਹੀਦੇ ਨੇ ਹਰ ਇੱਕ ਦਾ ਆਪਣਾ ਮਾਈਂਡਸੈਟ ਹੈ ਕੁਝ ਲੋਕ ਜੋਬ 'ਚ ਵੀ ਬੜਾ ਅੱਛਾ ਗਰੋਥ ਲੈ ਜਾਂਦੇ ਨੇ ਔਰ ਕੁਝ ਲੋਕ ਬਿਜ਼ਨਸ ਵੀ 6-6 ਕਰ ਚੁੱਕੇ ਨੇ ਉਹਨਾਂ ਦੀ ਹਰ ਵਾਰ ਦੁਕਾਰ ਖਤਮ ਹੋ ਜਾਂਦੀ ਹੈ ਤੇ ਆਹ ਚੀਜ਼ ਦਾ ਮੈਨੂੰ ਰੈਲੇਵੈਂਸ ਕੋਈ ਲੱਗਦਾ ਨਹੀਂ ਹੈ ਸਿਰਫ ਆਹ ਚੀਜ਼ ਡਿਪੈਂਡ ਕਰਦੀ ਹੈ ਕਿ ਅਗਰ ਮੈਂ ਜੋਬ ਕਰ ਰਿਹਾ ਵਾਂ ਤੇ ਮੇਰਾ ਪਰਸਨਲ ਮਿਸ਼ਨ ਕੀ ਹੈ ਮੈਂ ਅਗਲੇ 5 ਸਾਲ ਬਾਅਦ ਆਪਣੇ ਆਪ ਨੂੰ ਕਿੱਥੇ ਦੇਖਦਾ ਅਗਰ ਮੈਂ ਬਿਜ਼ਨਸ ਕਰ ਰਿਹਾ ਵਾਂ ਤਾਂ ਮੈਂ ਆਪਣੇ 10 ਸਾਲ ਅਗਲੇ 10 ਸਾਲ ਬਾਅਦ ਕਿੱਥੇ ਦੇਖਦਾ ਅਗਰ ਸਾਡਾ ਵਿਜ਼ਨ ਕਲੀਅਰ ਹੈ ਸਾਡਾ ਮਿਸ਼ਨ ਕਲੀਅਰ ਹੈ ਫਿਰ ਮੈਟਰ ਨਹੀਂ ਕਰਦਾ ਕਿ ਤੁਸੀਂ ਰਸਤਾ ਕਿਹੜਾ ਲਓ ਜੇ ਤੁਸੀਂ ਹੁਣੇ ਇੱਥੋਂ ਦੀ ਚੰਡੀਗੜ੍ਹ ਜਾਣਾ ਹੈ ਤੇ ਭਾਵੇਂ ਤੁਸੀਂ ਜ਼ੀਰਕਪੁਰ ਤੋਂ ਹੋ ਕੇ ਚਲੇ ਜਾਓ ਤੇ ਭਾਵੇਂ ਤੁਸੀਂ ਹੁਣੇ ਪੀਜੀਆਈ ਵਾਲੀ ਰੋਡ ਤੋਂ ਚਲੇ ਜਾਓ ਮੈਂ ਵੀ ਤੁਹਾਡਾ ਤਾਂ ਲਿਆ ਕਿਉਂਕਿ ਬਹੁਤ ਸਾਰੇ ਮੋਟੀਵੇਸ਼ਨ ਸਪੀਕਰਾਂ ਨੂੰ ਮੈਂ ਸੁਣਦਾ ਤਾਂ ਉਹਨਾਂ ਦੇ ਵਿੱਚ ਜ਼ਿਆਦਾਤਰ ਜਿਹੜਾ ਜ਼ੋਰ ਹੈ ਉਹ ਇਧਰਲੇ ਪਾਸੇ ਹੀ ਦਿੱਤਾ ਜਾਂਦਾ ਹੁਣ ਆਪਾਂ ਦੂਸਰੇ ਪਾਸੇ ਆ ਜਾਈਏ ਕਿਉਂਕਿ ਕਹਿੰਦੇ ਨਹੀਂ ਜ਼ਿੰਦਗੀ ਦੇ ਵਿੱਚ ਸੁੱਖ ਦੀ ਭਾਲ ਜੀ ਪਹਿਲਾਂ ਹੁੰਦਾ ਸੀ ਵੀ ਸਵੇਰੇ ਉੱਠਣਾ ਕੋਈ ਵੀ ਆਪਣੇ ਪਰਮਾਤਮਾ ਦਾ ਨਾਮ ਧਿਆਉਣਾ ਕੋਈ ਵੀ ਜਿਸ ਨੂੰ ਵੀ ਆਪਾਂ ਮੰਨਦੇ ਆਪਾਂ ਕਹਿੰਦੇ ਵੀ ਹਰ ਬੰਦਾ ਆਪਣੇ ਆਪਣੇ ਪਰਮਾਤਮਾ ਨੂੰ ਮੰਨਦਾ ਸਵੇਰੇ ਸਵੇਰੇ ਨਾਮ ਧਿਆਉਂਦਾ ਰੱਬ ਦਾ ਨਾਮ ਲੈਂਦਾ ਅੰਮ੍ਰਿਤ ਵੇਲੇ ਉੱਠਦਾ ਪਰ ਅੱਜ ਕੱਲ੍ਹ ਦੀ ਜੇਕਰ ਗੱਲ ਕਰੀਏ ਤਾਂ ਆਪਾਂ ਆਪਣੀ ਭਾਲ ਸੁੱਖ ਦੀ ਭਾਲ ਕਿਸੇ ਹੋਰ ਪਾਸੇ ਚਲੀ ਗਈ ਆਪਾਂ ਹੋਰ ਜਗ੍ਹਾਵਾਂ ਤੇ ਜਾਣ ਲੱਗ ਗਏ ਜਿੱਥੇ ਆਪਾਂ ਨੂੰ ਸੁੱਖ ਦੀ ਭਾਲ ਘੱਟ ਮਿਲਦੀ ਹੈ ਤੇ ਜਿੱਥੇ ਦੁੱਖ ਦੀ ਭਾਲ ਮੈਂ ਕਹਿੰਦਾ ਜ਼ਿਆਦਾ ਮਿਲਦੀ ਹੈ ਕਿਉਂਕਿ ਆਪਣਾ ਪੈਸਾ ਸਮਾਂ ਉਹ ਸਭ ਕੁਝ ਚਲਾ ਜਾਂਦਾ ਹੈ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਕਹਿ ਸਕਦੇ ਆ ਵੀ ਆਪਾਂ ਟ੍ਰਿਕ ਦਿਖਾ ਕੇ ਜਾਂ ਕੁਝ ਇਹੋ ਜਿਹੀਆਂ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਇਸ ਪਾਸੇ ਲੈ ਗਏ ਵੀ ਉਹ ਲੋਕ ਹੈ ਜਿਹੜੇ ਆਪਣਾ ਮਾਈਂਡ ਤਾਂ ਗਵਾ ਹੀ ਚੁੱਕੇ ਆ ਤਾਂ ਆਪਣਾ ਸਭ ਕੁਝ ਹੀ ਨਾਲ ਗਵਾ ਚੁੱਕੇ ਆ ਪਰਿਵਾਰ ਵੀ ਗਵਾ ਚੁੱਕੇ ਆ ਆਪਣਾ ਮਾਈਂਡ ਵੀ ਗਵਾ ਚੁੱਕੇ ਆ ਜੀ ਸਰ ਤੁਸੀਂ ਗੱਲ ਕਰ ਰਹੇ ਹੋ ਬਾਬਿਆਂ ਦੀ ਕੁਝ ਕੁਝ ਪਖੰਡੀ ਲੋਕਾਂ ਦੀ ਬੇਸਿਕਲੀ ਜੋ ਮਤਲਬ ਕਿ ਜਿਨ੍ਹਾਂ ਕੋਲ ਕੁਝ ਸਾਇੰਸ ਹੁੰਦੀ ਹੈ ਔਰ ਉਹਦੇ ਬਿਹਾਫ ਤੋਂ ਕੁਝ ਕਰ ਦਿੰਦੇ ਆ ਬਿਲਕੁਲ ਸਰ ਦੇਖੋ ਛੋਟੀ ਜੀ ਗੱਲ ਹੈ ਜਦ ਅਸੀਂ ਆਪ ਕੁਝ ਨਹੀਂ ਕਰ ਪਾਉਂਦੇ ਨਾ ਤੇ ਫਿਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਪੱਲਾ ਕੋਈ ਫੜੇ ਔਰ ਉਹ ਸਾਨੂੰ ਨਈਆਂ ਪਾਰ ਲਗਵਾ ਦੇ ਔਰ ਐਸੇ ਲੋਕ ਹੀ ਸਾਡਾ ਕੁਝ ਪਖੰਡੀ ਲੋਕ ਸਰੀਰਕ ਮਾਨਸਿਕ ਔਰ ਪੈਸਿਆਂ ਪੱਖੋਂ ਸਾਡਾ ਸ਼ੋਸ਼ਣ ਕਰਦੇ ਆ ਤੁਸੀਂ ਇੱਕ ਨਾ ਸਵਾਲ ਇੱਥੇ ਬਹੁਤ ਸਾਰੇ ਵੀਰ ਤੁਹਾਨੂੰ ਵੀ ਮਿਲੇ ਹੋਣੇ ਕਹਿੰਦੇ ਸੀ ਸਿਆਣੇ ਕੋਲੇ ਜਾਂਦੇ ਆ ਫਿਰ ਸਿਆਣਾ ਕੌਣ ਹੈ ਸਿਆਣਾ ਤਾਂ ਮੈਨੂੰ ਇੱਕ ਗੱਲ ਯਾਦ ਆਈ ਮੇਰੇ ਇੱਕ ਦੋਸਤ ਨੇ ਸੁਣਾਈ ਸੀ ਕਹਿੰਦਾ ਜੀ ਇੱਕ ਪਿੰਡ 'ਚ ਨਾ ਬੱਸ ਰੁਕੀ ਤੇ 4 ਬੀਬੀਆਂ ਉਤਰੀਆਂ ਤੇ 7 ਦੇ ਅੰਦਰ ਬਜ਼ੁਰਗ ਬੈਠੇ ਹੋਏ ਸੀ ਤੇ ਬਜ਼ੁਰਗਾਂ ਕੋਲ ਜਾ ਕੇ ਉਹ ਬੀਬੀਆਂ ਕਹਿੰਦੀਆਂ ਜੀ ਇੱਥੇ ਕੋਈ ਸਿਆਣਾ ਹੈ ਤੇ ਬਜ਼ੁਰਗ ਕਹਿੰਦਾ ਅਸੀਂ ਕਮਲੇ ਆ ਤੇ ਸਿਆਣਾ ਵਰਡ ਕੀ ਬਣਾਇਆ ਗਿਆ ਸਿਆਣਾ ਵਰਡ ਜਿਹਦੇ ਕੋਲ ਕੋਈ ਦੈਵੀ ਸ਼ਕਤੀ ਹੈ ਜੋ ਬੀਬੀਆਂ ਸੋਚਦੀਆਂ ਜਾਂ ਕੁਛ ਲੋਕ ਜਿਹਨਾਂ ਨੂੰ ਨੌਲੇਜ ਘੱਟ ਹੁੰਦੀ ਹੈ ਉਸ ਤਰੀਕੇ ਨਾਲ ਸੋਚਦੇ ਆ ਕੁਛ ਨਹੀਂ ਹੈ ਸਰ ਕਿਸੇ ਕੋਲ ਉਸ ਪਰਮਾਤਮਾ ਤੋਂ ਉੱਪਰ ਕੋਈ ਸ਼ਕਤੀ ਨਹੀਂ ਹੈ ਜੇ ਮੈਂ ਤੁਹਾਨੂੰ ਹੁਣੇ ਕੋਈ 2 ਚੀਜ਼ਾਂ ਇੱਥੇ ਇਹੋ ਜਿਹੀਆਂ ਕਰਕੇ ਦਿਖਾ ਦਵਾਂ ਜਿਹੜਾ ਨਾਰਮਲ ਇਨਸਾਨ ਦੀਆਂ ਅੱਖਾਂ ਵਾਸਤੇ ਅਚੰਭਿਤ ਕਰਨ ਵਾਲੀ ਗੱਲ ਹੈ ਤੇ ਸ਼ਾਇਦ ਤੁਸੀਂ ਮੈਨੂੰ ਵੀ ਸਿਆਣਾ ਮੰਨ ਲੋਗੇ ਸ਼ਾਇਦ ਤੁਸੀਂ ਮੈਨੂੰ ਵੀ ਬਾਬਾ ਮੰਨ ਲੋਗੇ ਆ ਮੈਂ ਤੁਹਾਨੂੰ ਕਰਕੇ ਦਿਖਾਣਾ ਤੁਸੀਂ ਦੇਖਿਆ ਹੋਗਾ ਕਈ ਜਗ੍ਹਾ ਤੇ ਇਹ ਕਹਿੰਦਾ ਯੈਸ 1 2 3 ਐਂਡ ਸਲੀਪ ਆ ਦੇਖੋ ਜੀ ਔਰ ਇਹਨਾਂ ਦਾ ਭੂਤ ਕੱਢਦੇ ਨੇ ਹੁੰਦਾ ਤਾਂ ਇਸ ਤਰ੍ਹਾਂ ਹੀ ਹੈ ਤਾਂ ਹੁਣ ਦੇਖਣ ਵਾਲੇ ਵਾਸਤੇ ਕੀ ਹੈ ਦੇਖਣ ਵਾਲਾ ਤੇ ਕਹੇਗਾ ਨਾ ਕਿ ਸਰਦਾਰ ਜੀ ਤੇ ਕਰਨੇ ਆ ਲੈਣੇ ਇਹਨਾਂ ਤੇ ਬਾਬੇ ਦੀ ਪੂਰੀ ਕਿਰਪਾ ਹੈ ਬਿਲਕੁਲ ਇਧਰੋਂ ਵੀ ਕਿਰਪਾ ਉਧਰੋਂ ਵੀ ਕਿਰਪਾ ਜਰ ਕਿਰਪਾ ਹੀ ਵਰਸਦੀ ਹੈ ਹਾਂਜੀ ਪਰ ਐਕਚੁਅਲ 'ਚ ਕੀ ਹੈ ਐਕਚੁਅਲ 'ਚ ਇਹ ਮਾਈਂਡ ਦੀ ਇੱਕ ਸਾਇੰਸ ਹੈ ਜਿਹਨੂੰ ਅਸੀਂ ਹਿਪਨੋਟਿਜ਼ਮ ਬੋਲਦੇ ਹਾਂ 1 2 3 ਗੈਟ ਬੈਕ ਮੈਂ ਤੁਹਾਨੂੰ ਹੋਰ ਚੀਜ਼ ਕਰਕੇ ਦਿਖਾਣਾ ਕਿਉਂਕਿ ਇੰਡੀਆ 'ਚ ਕੀ ਹੁੰਦਾ ਹੈ ਜੋ ਦਿਖਤਾ ਹੈ ਉਹ ਦਿਖਤਾ ਹੈ ਤੁਹਾਨੂੰ ਦਿਖਾਉਂਦੇ ਹਾਂ ਕੁਛ ਥੋੜ੍ਹਾ ਜਿਹਾ ਆਓ ਭਾਜੀ ਇੱਧਰ ਆਓ
लेट जाओ सर। मैं पहली बारी वेख्या कोई सरदार जी ज्यादा जे जे कुछ ट्रिक कर रहे हैं, क्योंकि ज्यादातर देखते हैं ना वो कहते भी सरदार होंगे सरदार ट्रिका से विश्वास नहीं करते होंगे। सर पहली गल तो है कि जो मैं कर रहा वहां वो एक पैसे की भी ट्रिक नहीं है, यह एक माइंड की साइंस है जो मैं सीखी है, कोई सिद्धि नहीं की है। और अज की डेट से मैं जिन्हों लोगों मेडिकल जो मेडिकल इंडस्ट्री तो रिलेटिड लोग होंगे उन्होंने सिखाता भी हाँ, दो दिन से सिखा भी देना वा। बिल्कुल गल समझने वाली गल है, मैं कोई ट्रिक नहीं कर रहा, मैं कोई ट्रिक नहीं आती, मैं माइंड के उत्ते काम करदा, मैं लोगों उन्होंने मैंटल प्रॉब्लम्स हल कर मदद करदा। किसी ओवर थिंकिंग हो, कोई पास्ट की पुरानी गलत मैमरी हो जी परेशान करती हो, किसी कोई धोखा मिलया हो, जमें बाबे कहते ना है ना प्यार में धोखा खाए हुए मिले हैं भाजी, कुछ नहीं है साइंस है, सारी दी सारी साइंस है। मैं तुम्हें एक चीज करके दिखा, बिल्कुल जी तुसी देख रहे हो सरदार जी नू जिहड़ा दो कुर्सियां दे विचाले जिहड़ा लटा दिता गया, आपां देखदे हां वी ये किस तरह सारा पूरा वेट दिता सरदार जी ने उपर। सर देखो तो सामने तुसी बैठ के देख लो, आजो हैं आजो तुसी, मैं ट्राई करा कर सकदा ट्राई, बैठो सर बैठो सर, वेट तो मेरा वैसे थोड़ा ही है, थोड़ा ज्यादा होना सर मेरा 85 है। जेकर मेरे नाल गल करन नु पता लगू गल कर सकदे ने, यू कैन स्पीक। किस तरह लग रहा जी? रिलैक्स। मैं तुहाडियां लत्तां दे उपर बैठा सी, वेट दित्ता सी, कोई असर होया तुहानू? वेट कोई महसूस होया? बिल्कुल जी, देखो किस तरह जिहड़ा सरदार जी नूं इन्होंने ये, क्योंकि एक मैडिकल तौर पर है सारा कुछ, जो ट्रिक किए जाते हैं ज साधु संतों वालों उन्होंने वालों ट्रिक किए जाते हैं, वो कितने ना कि मैडिकल रिलेटेड होंगे। सरदार जी तुम देख रहे हो किस तरह ये सारा कुछ दिखाने का मुख मकसद यही आ भी जेडे लोग वहमां भरमां दे विच पए आ, जेडे लोगों वो झूठे सियाने, मैं क्यों झूठे तो कह रहे हैं क्योंकि बहुत सारे लोगों को कहते हैं सियाने, वो सियाने नहीं, वो आपां नूं कमले बनाउंदे आ, बिल्कुल सियाने तो ही है, तुसीं देख सकते हो तस्वीरों दे विच सानूं कमले बनाउंदे नहीं इसी करके सियाने बिल्कुल तो ही मैं कहा भी जो आपां नूं कमले बना लिया तो आप सियाने। तुहानूं इन्हां ने इत्थे लिटाया सीगा जी, उदों तुहानूं कुछ पता लग्या जां कुछ किस तरह दा महसूस किस तरह हो रहा? मैं बिल्कुल रिलैक्स सीगा, मैनूं फील होया कि मेरे उपर कुछ वजन है, पर मैनूं इह नहीं सी कि कुछ मैं गिर जाऊंगा या कुछ, बिल्कुल जस्ट रिलैक्स सी मेरी बॉडी। हरमन जी मैं ना इतने एक डाउट है, बहुत बड़ा डाउट है, दसो डाउट है भी प्रभजोत जी आया थोड़े नाल, सीधी जी गल है कैमरे के सामने ही गल मैं ता कह रहा, क्योंकि बहुत सारे मेरे वीर ये कहते होने भी प्रभजोत जी तो उन्होंने बंदे तो उन्होंने नाल है, तो मेरे दिल के भी यह डाउट है क्योंकि जो इन्हों का कोई बंदा इन्हों के नाल आया होगा तो ऑटोमैटिकली उन्होंने गल्ला भी मनूगा, मैनू भी लगता कि मेरे भार नाल तो वैसे इन्हों लत्तों इन्ना कुछ होने भी वाला नहीं जे इन्हें ये ट्रिक न जानते हो। हरमन जी जेकर मैं कहाँ भी तुम ਇਹ ਸਾਰਾ ਕੁਝ ਕਿਸੇ ਮੇਰੇ ਆਪਦੇ ਬੰਦੇ ਤੇ ਕਰ ਦੋ, ਬੁਲਾਓ ਸਰ ਹੈ ਬੁਲਾਓ, ਪੱਕੀ ਗੱਲ ਹੈ ਸਰ? ਕੋਈ ਪਹਿਲੀ ਗੱਲ ਤੇ ਹੈ ਕਿ ਮੇਰੇ ਕੋਲ ਕੋਈ ਦੈਵੀ ਸ਼ਕਤੀ ਤਾਂ ਨਹੀਂ ਹੈ, ਮੈਂ ਇੱਕ ਸਾਇੰਸ ਤੇ ਕੰਮ ਕਰਦਾ, ਇਹਨਾਂ ਨੂੰ ਮੈਂ ਆਲਰੇਡੀ ਹਿਪਨੋਟਾਈਜ਼ ਕੀਤਾ ਹੋਇਆ ਤੇ ਮੈਂ ਜਿਹੜਾ ਵੀ ਐਕਟ ਇਹਨਾਂ ਤੇ ਕਰਦਾ ਉਹ ਚੀਜ਼ ਰੀਪ੍ਰੈਜ਼ੈਂਟ ਹੋ ਜਾਂਦੀ ਹੈ, ਤੁਸੀਂ ਬੰਦੇ ਬੁਲਾਓ, ਕੋਸ਼ਿਸ਼ ਅਸੀਂ ਕਰਾਂਗੇ ਜੀ। ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਸਾਡੇ ਪ੍ਰਾਈਮ ਏਸ਼ੀਆ ਟੀਵੀ ਦੇ ਐਂਕਰ ਨੇ सरदार परम सिंह, क्योंकि अक्सर ही तुसी इन्हां नूं प्राइम एशिया टीवी ते वेखदे हो, पर अज दा जिहड़ा इह पूरा प्रोग्राम है इह करन दा मुख मकसद इही आ वी तुहानूं उह चीज़ विखाई जावे जिहड़ी किते ना किते तुहाडे लई मोटीवेट होवे, क्योंकि मोटीवेशन स्पीकर दा काम हुंदा तुहानूं मोटीवेट करना, ते मोटीवेट तां ही होवोगे जेकर तुसी वहमां भरमां तों ते उहनां लोकां तों दूर रहोगे। हुण परम साडे नाल है, परम ਤੁਸੀਂ ਇਹ ਸਾਰਾ ਕੁਛ ਦੇਖਿਆ ਅੱਖੀ ਦੇਖਿਆ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ ਜੇਕਰ ਤੁਹਾਡੇ ਤੇ ਕੀਤਾ ਜਾਵੇ, ਮੰਨਦੇ ਹੋ ਵੀ ਕਿਤੇ ਸ਼ਕਤੀ ਜਾਂ ਐਕਟ ਤੁਹਾਡੇ ਤੇ ਕੰਮ ਕਰੂਗਾ? ਇਹਦਾ ਜੀ ਹੁਣ ਹੋਣ ਤੋਂ ਬਾਅਦ ਹੀ ਪਤਾ ਲੱਗੂਗਾ, ਮਤਲਬ ਵੀ ਜੋ ਵੀ ਭਾਜੀ ਹੋਣਾ ਨੇ ਕੀਤਾ ਤੇ ਬਾਕੀ ਹੁਣ ਉਹ ਜਿਵੇਂ ਉਹਨਾਂ ਤੇ ਵੇਟ ਵੂਟ ਪਾਇਆ ਤੇ ਮੇਰੇ ਤੇ ਪਿਆ ਹੋਵੇ, ਮੈਨੂੰ ਲੱਗਦਾ ਮੇਰੇ ਗੋਡੇ ਇੱਧਰ ਉੱਧਰ ਹੋ ਜਾਣਾ, ਇਹਦੇ ਹੁਣ ਪਤਾ ਲੱਗੂਗਾ ਜਦੋਂ ਕਰਨਗੇ। ਇਹ ਯਕੀਨ ਕਰਦੇ ਹੋ ਤੁਸੀਂ ਵੀ ਕਿਤੇ ਨਾ ਕਿਤੇ ਹੋ ਸਕਦੀ ਹੈ ਗੱਲ? ਨਹੀਂ ਆਹ ਜਿਹੜੀ ਗੱਲਾਂ ਜਿਹੜੀਆਂ ਉਹ ਕਰ ਰਹੇ ਨੇ ਕਿ ਜਿਵੇਂ ਸਾਇੰਸ ਹੁੰਦੀ ਆ, ਕਿਉਂਕਿ ਜਾਦੂ ਸ਼ਕਤੀ ਤੇ ਅੱਜ ਤੱਕ ਕੋਈ ਵੀ ਨਹੀਂ ਹੁੰਦੀ। ਕਈ ਵਾਰੀ ਤੁਸੀਂ ਦੇਖਿਆ ਹੋਣਾ ਅਕਸਰ ਉਹ ਜਿਹੜੇ ਅਖਬਾਰ 'ਚ ਆਉਂਦੇ ਲਿਖ ਕੇ ਕਿ ਸ਼ਾਦੀ ਸ਼ੁਦੀ ਵਾਲੇ ਵੀ ਹੈ ਨਾ ਵੀ ਰੂਸੀ ਹੋਏ ਘਰ ਦੇ ਮਨਾਓ ਇੱਦਾਂ ਕਰੋ, ਤੇ ਜਦੋਂ ਉਹਨਾਂ ਨੂੰ ਫੋਨ ਲਾਓ ਤੇ ਜਦੋਂ ਕੋਈ ਗੱਲ ਕਰੋ ਕੋਈ ਫੋਨ ਕੱਟ ਦਿੰਦੇ ਨੇ। ਸੋ ਮੇਰੇ ਹਿਸਾਬ ਨਾਲ ਜਾਦੂ ਸ਼ਕਤੀ ਤਾਂ ਨਹੀਂ ਦੱਸੇ ਜਿਹੜੇ ਤੁਸੀਂ ਇਹ ਫੋਨ ਬੰਦ ਕਰਕੇ ਪਤਾ ਲਿਆ? ਨਹੀਂ ਉਹ ਬਥੇਰੀਆਂ ਵੀਡੀਓ ਵੇਖਦੇ ਰਹੀਦਾ ਤੇ ਤਾਂ ਕਰਕੇ, ਮਤਲਬ ਮੈਨੂੰ ਨਹੀਂ ਲੱਗਦਾ ਵੀ ਇੱਦਾਂ ਦੀ ਕੋਈ ਚੀਜ਼ ਹੁੰਦੀ ਆ। ਬਾਕੀ ਹੁਣ ਕਰਨਗੇ ਤਾਂ ਕੋਈ ਸਾਇੰਸ ਆ ਜਾਓ ਤੁਸੀਂ
ਹਰਮਨ ਜੀ ਆਹ ਮੁੰਡਾ ਦਿੱਤਾ ਤੁਹਾਨੂੰ ਤੇ ਹੁਣ ਇਹਨੂੰ ਚੈੱਕ ਕਰੋ, ਇੱਕ ਦੋ ਹੋਰ ਦੇ ਦਿਓ। ਇਕੱਠੇ ਦੇ ਦਈਏ ਜੀ? ਹਾਂ ਇੱਕ ਦੋ ਲੋਕ ਹੋਰ ਦੇ ਦਿਓ। ਆ ਜੋ ਸਾਡੇ ਦੂਸਰੇ ਐਂਕਰ ਨੇ ਜੀ, ਇਹ ਰਮਨ ਜੀ, ਇਹਨਾਂ ਨੂੰ ਵੀ ਤੁਸੀਂ ਅਕਸਰ ਹੀ ਪ੍ਰਾਈਮ ਏਸ਼ੀਆ ਟੀਵੀ ਦੇ ਉੱਪਰ ਵੇਖਦੇ ਹੋ। ਰਮਨ ਜੀ ਤਿਆਰ ਹੋ ਤੁਸੀਂ? ਤੁਹਾਡੇ ਦਿਲ ਦੇ ਵਿੱਚ ਕੋਈ ਡਾਊਟ ਹੋਵੇ ਜਾਂ ਕੁਛ? ਮੈਂ ਜਦੋਂ ਸਰਦਾਰ ਜੀ ਨੂੰ ਦੇਖ ਰਹੀ ਸੀ ਨਾ ਉਹਨਾਂ ਤੇ ਜਦੋਂ ਅਪਲਾਈ ਕਰ ਰਹੇ ਸੀ ਇਹ ਮੈਥਡ, ਤੇ ਮੈਂ ਚਾਹੁੰਦੀ ਹਾਂ ਕਿ ਮੈਂ ਵੀ ਐਕਸਾਈਟਿਡ ਸੀ, ਮੈਂ ਚਾਹੁੰਦੀ ਹਾਂ ਕਿ ਮੇਰੇ ਤੇ ਵੀ ਕਰਕੇ ਦੇਖਣ ਜੀ। ਬਿਲਕੁਲ ਆ ਜਾਓ। ਇਹਦੇ ਲਈ ਕੋਈ ਸਪੈਸ਼ਲੀ ਕੋਈ ਹੁੰਦਾ ਜਾਂ ਕੁਛ? ਹਰਮਨ ਜੀ ਮੈਂ ਜੇਕਰ ਪੁੱਛਾਂ ਵੀ ਕੋਈ ਬੰਦਾ ਸਪੈਸ਼ਲ ਚੁਣਨਾ ਹੁੰਦਾ ਜਾਂ ਕੋਈ? ਸਰ ਦੇਖੋ ਦੇਖੋ ਇੱਕ ਸਾਇੰਸ ਹੈ, ਕਿਸੇ ਤੇ ਘੱਟ ਕੰਮ ਕਰਦੀ ਹੈ, ਕਿਸੇ ਤੇ ਬਹੁਤ ਜ਼ਿਆਦਾ ਕੰਮ ਕਰਦੀ ਹੈ, ਕਿਸੇ ਤੇ ਕੰਮ ਨਹੀਂ ਵੀ ਕਰਦੀ ਹੈ। ਤੇ ਅਸੀਂ ਇਹਨਾਂ ਦੇ ਕੋਸ਼ਿਸ਼ ਕਰਾਂਗੇ, ਅਗਰ 5 ਮਿੰਟ ਅਸੀਂ ਕੈਮਰਾ ਬੰਦ ਕਰ ਦੋ ਤਾਂ ਮੈਂ ਕੁਛ ਅਗਰ ਪ੍ਰੋਗਰਾਮਿੰਗ ਕਰਦਾ ਇਹਨਾਂ ਦੇ ਮਾਈਂਡ ਦੀ। ਇਹ ਤਾਂ ਨਹੀਂ ਜੇ ਮੈਂ ਕੈਮਰਾ ਬੰਦ ਕਰਤਾ ਤਾਂ ਤੁਸੀਂ ਇਹਨਾਂ ਦੇ ਕੰਨ ਦੇ ਵਿੱਚ ਕੁਝ ਕਹਿ ਦੋ? ਬੰਦੇ ਤੁਹਾਡੇ ਨੇ, ਮੇਰੇ ਬੰਦੇ ਤਾਂ ਮੇਰੇ ਨੇ, ਪਰ ਤੁਹਾਨੂੰ ਆਪਣੇ ਬੰਦੇ ਤੇ ਵਿਸ਼ਵਾਸ ਨਹੀਂ? ਮੈਨੂੰ ਮੇਰੇ ਬੰਦੇ ਤੇ, ਤੁਹਾਨੂੰ ਮੇਰੇ ਬੰਦੇ ਤੇ ਵਿਸ਼ਵਾਸ ਨਹੀਂ ਸੀਗਾ, ਤੁਹਾਨੂੰ ਆਪਣੇ ਬੰਦੇ ਤੇ ਵਿਸ਼ਵਾਸ? ਨਹੀਂ ਬਿਲਕੁਲ, ਮੈਨੂੰ ਆਪਣੇ ਬੰਦੇ ਤੇ ਵਿਸ਼ਵਾਸ ਹੈ ਜੀ, ਪਰ ਕਿਤੇ ਨਾ ਕਿਤੇ ਜਿਹੜੀ ਦੇਖਣ ਵਾਲੇ ਨੇ ਉਹ ਕਹਿਣਗੇ ਕੈਮਰਾ ਬੰਦ ਕਰਵਾ ਦੇ ਕਿ ਤਾਂ ਸਰਦਾਰ ਜੀ ਨੇ ਕੁਝ ਕੀਤਾ। ਮੈਂ ਕੋਸ਼ਿਸ਼ ਕਰਦਾ, ਮੈਂ ਫਰਸਟ ਟਾਈਮ, ਮੈਂ ਬਹੁਤ ਸਾਰੇ ਇੰਟਰਵਿਊਜ਼ ਕੀਤੇ ਆ ਪਰ ਮੈਂ ਅੱਜ ਤੱਕ ਕਦੇ ਵੀ ਓਪਨ ਕੈਮਰਾ ਨਹੀਂ ਕੀਤਾ ਜੀ, ਤੇ ਮੈਂ ਕੋਸ਼ਿਸ਼ ਕਰਾਂਗਾ। ਦੇਖੋ ਰਿਜ਼ਲਟ ਆਣਾ ਮੇਰੇ ਹੱਥ 'ਚ ਨਹੀਂ ਹੈ। ਇਹ ਐਂਕਰ ਤੁਹਾਡੇ ਨੇ ਕਨਫਰਮ? ਸਰ ਤੁਹਾਡਾ ਨਾਮ? ਪਰਮ ਸਿੰਘ। ਪਰਮ ਸਿੰਘ ਤੁਹਾਡਾ ਨਾਮ? ਰਮਨਪ੍ਰੀਤ ਕੌਰ। ਮੇਰੇ ਕਹਿੰਦੇ ਐਕਟਿੰਗ ਕਰੋਗੇ? ਕਦੀ ਵੀ ਨਹੀਂ। ਕੀ ਕਹਿ ਰਹੇ ਹੋ? ਕਦੀ ਵੀ ਨਹੀਂ। ਕਦੀ ਵੀ ਮੈਡਮ ਤੁਸੀਂ ਕਰੋਗੇ? ਨਹੀਂ, ਇਹ ਐਂਕਰ ਨੇ ਆਪਣੇ ਚੈਨਲ ਦੇ ਵਾਸਤੇ ਝੂਠ ਨਹੀਂ ਬੋਲਣਗੇ, ਨਹੀਂ ਬੋਲਣਗੇ ਨਾ। ਚਲੋ ਜੀ, ਫਿਰ ਤੁਸੀਂ ਕੰਮ ਕਰਨਾ ਮੈਡਮ, ਇਸ ਕੰਮ ਹੈ, ਇਸ ਕੰਮ ਹੈ, ਕੰਮ ਹੈ, ਕੰਮ ਕਰੋ। ਆਹ ਜਿਹੜੀ ਬਾਜੂ ਇੱਕਦਮ ਰਿਲੈਕਸ ਛੱਡੋ, ਇੱਕਦਮ ਰਿਲੈਕਸ ਛੱਡੋ, ਇੱਕਦਮ ਰਿਲੈਕਸ, ਇੱਕਦਮ ਰਿਲੈਕਸ, ਇੱਕਦਮ ਰਿਲੈਕਸ। ਕਲੋਜ਼ ਯਰ ਆਈਜ਼, ਕਲੋਜ਼ ਯਰ ਆਈਜ਼, ਟੇਕ ਅ ਡੀਪ ਬ੍ਰੀਥ, ਰਿਲੀਜ਼, ਟੇਕ ਵਾਂਸ ਅਗੇਨ, 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 ਰਿਲੀਜ਼। ਔਰ ਜਿੱਦਾਂ ਮੈਂ ਤੁਹਾਡਾ ਹੱਥ ਟੱਚ ਕਰਾਂਗਾ, ਤੁਹਾਡੇ ਹੱਥ ਹਵਾ 'ਚ ਜਾਣੇ ਸਟਾਰਟ ਹੋ ਜਾਣਗੇ। ਯੋਰ ਹੈਂਡਸ ਆਰ ਗੋਇੰਗ ਅਪ ਇਨ ਦ ਏਅਰ, ਗੋਇੰਗ ਅਪ ਇਨ ਦ ਏਅਰ, ਗੋਇੰਗ ਅਪ, 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 ਐਂਡ ਸਲੀਪ। 10, 9, 8, 7, 6, 5, 4, 3, 2, 1, deeper and deeper, deeper and deeper, deeper and deeper, deeper and deeper. ਉਠਾਓ ਜੀ ਆਪਣੇ ਐਂਕਰ। ਪਰਮ ਜੀ, ਪਰਮ ਜੀ ਸੁਣ ਰਿਹਾ ਕੁਝ? ਪਰਮ ਜੀ, ਰਮਨ ਜੀ, ਰਮਨ ਜੀ ਕਿੱਥੇ ਹੋ? ਪਤਾ ਲੱਗ ਰਿਹਾ ਕੁਛ? ਰਮਨ ਜੀ ਨਹੀਂ, ਹੁਣ ਇਹ ਦੱਸ ਦਿਓ ਵੀ ਕਿਹੜੇ ਬਾਬੇ ਦਾ ਮੰਤਰ ਪੜਿਆ ਸੀ, ਕਿਉਂਕਿ ਕਿਉਂਕਿ ਸਾਡੇ ਬਹੁਤ ਸਾਰੇ ਵੀਰ ਕਹਿ ਦੇਣਗੇ ਵੀ ਹੁਣ ਜਿਹੜਾ ਕੁਛ ਹੋਇਆ ਹੈ ਕਿਤੇ ਨਾ ਕਿਤੇ ਦੈਵੀ ਸ਼ਕਤੀ ਵਾਲਾ ਜਾਂ, ਕਿਉਂਕਿ ਜਿਹੜੇ ਜਿਹੜੇ ਦੇਖਣ ਜਿਹੜੇ ਮੰਨਦੇ ਆ ਇਸ ਗੱਲ ਨੂੰ। ਹੁਣ ਮੈਂ ਤੁਹਾਨੂੰ ਦੱਸਦਾ ਐਕਚੁਅਲ 'ਚ ਕੀ ਹੁੰਦਾ। ਜਿਹੜੇ ਵੀ ਲੋਕ ਡੇਰਿਆਂ ਤੇ ਜਾਂਦੇ ਆ ਨਾ, ਕੁਛ ਪਖੰਡੀਆਂ ਦੇ ਕੋਲ ਜਾਂਦੇ ਆ, ਉਹਨਾਂ ਉਹਨਾਂ ਦੇ ਨਾ ਇੱਕ ਦੋ ਲੋਕਾਂ ਨੂੰ ਉਹ ਕੁਛ ਨਾ ਕੁਛ ਐਕਟ ਕਰਕੇ ਦਿਖਾ ਦਿੰਦੇ ਆ, ਬਿਲਕੁਲ, ਬਾਕੀ ਲੋਕ ਦੇਖਣ ਨਾਲ ਹੀ ਹੋ ਜਾਂਦੇ ਆ। ਮੈਂ ਕਿਉਂ ਆ ਦੋ ਲੋਕਾਂ ਵਾਸਤੇ ਹਾਂ ਕੀਤੀ ਸੀ? ਕਿਉਂਕਿ ਸਾਡੇ ਕੋਲ ਕੁਝ ਸਿੰਪਟਮਸ ਹੁੰਦੇ ਆ ਕਿ ਇਹ ਬੰਦਾ ਹੋ ਜਾਏਗਾ ਤੇ ਇਹ ਵਾਲਾ ਬੰਦਾ ਨਹੀਂ ਹੋਏਗਾ, ਤੇ ਮੈਂ ਉਹ ਸਿੰਪਟਮ ਲੈ ਕੇ ਤਾਂ ਮੈਂ ਆਇਆ ਸੀ। ਸਿੰਪਟਮ ਤੁਸੀਂ ਪਹਿਲਾਂ ਕਿਵੇਂ ਚੈੱਕ? ਤੁਸੀਂ ਇੱਥੇ ਖੜੇ ਕੀਤੇ ਨਾ, ਮੈਂ ਦੇਖ ਲਿਆ। ਤੁਸੀਂ ਆਪਣੀ ਫੀਲਡ ਦੇ ਮਾਸਟਰ ਹੋ, ਅਸੀਂ ਆਪਣੀ ਫੀਲਡ ਦੇ ਮਾਸਟਰ ਨਹੀਂ। ਬਿਲਕੁਲ, ਇਹ ਤਾਂ ਚੁਟਕੀ ਮਾਰਾਂਗੇ, ਤੁਹਾਨੂੰ ਬਾਹਰ ਆ ਜਾਣਗੇ। ਲੋ ਹੁਣ ਪੁੱਛੋ ਜੀ ਇਹਨਾਂ ਕੋਲ ਕੁਐਸਚਨ। ਰਮਨ ਜੀ ਕਿੱਥੇ ਗਏ ਸੀ? ਮੈਨੂੰ ਪਤਾ ਹੀ ਨਹੀਂ ਲੱਗਿਆ, ਕੁਛ ਨਹੀਂ ਪਤਾ ਲੱਗਿਆ, ਪਰ ਮੈਨੂੰ ਸੁਣ ਸਾਰਾ ਰਿਹਾ ਸੀਗਾ। ਮੇਰੀ ਗੱਲ ਸੁਣ ਰਹੀ ਸੀ ਜਦੋਂ ਤੁਹਾਨੂੰ ਬੁਲਾ ਰਹੇ ਸੀ? ਪਰ ਮੈਂ ਤਾਂ ਬੋਲਿਆ ਨਹੀਂ ਜਾ ਰਿਹਾ ਸੀ। ਮੈਂ ਕੀ ਕਹਿ ਰਿਹਾ ਸੀ ਤੁਹਾਨੂੰ? ਰਮਨ ਜੀ, ਹਾਂ, ਫਿਰ ਰਮਨ ਜੀ ਬੋਲੇ ਤੁਸੀਂ? ਹਾਂ, ਮੈਂ ਚਾਹ ਰਹੀ ਸੀ ਬੋਲਣਾ, ਪਰ ਮੈਂ ਤਾਂ ਬੋਲਿਆ ਨਹੀਂ ਗਿਆ। ਇਹਨਾਂ ਨੇ ਜਦੋਂ ਤੁਹਾਨੂੰ ਟੱਚ ਕੀਤਾ ਤਾਂ ਉਦੋਂ ਕੁਝ ਬੋਲੇ? ਇਹਨਾਂ ਨੇ ਕੋਈ ਮੰਤਰ ਵਗੈਰਾ ਪੜਿਆ ਜਾਂ ਬਸ ਵੈਸੀ? ਨਹੀਂ, ਜਦੋਂ ਇਹ ਕਹਿ ਰਹੇ ਸੀ ਆਪਣੇ ਹੈਂਡਸ ਉੱਪਰ ਕਰੋ ਤੇ ਆਪਣੇ ਆਪ ਮੇਰੇ ਹੱਥ ਜਾ ਰਹੇ ਸੀ ਉੱਪਰ, ਫਿਰ ਮੈਂ ਇਦਾਂ ਟੇਢੀ ਹੋਈ, ਮੈਂ ਤਾਂ ਸਿੱਧਾ ਵੀ ਨਹੀਂ ਹੋਇਆ ਗਿਆ, ਮੈਂ ਉੱਥੇ ਹੀ ਸੀਗੀ ਨਾ, ਮੇਰੀ ਬਾਡੀ ਨੂੰ ਇਦਾਂ ਲੱਗਿਆ ਕਿ ਮੇਰਾ ਭਾਰ ਹੈਗਾ ਇਧਰਲੀ ਸਾਈਡ, ਕੁਛ ਵੀ ਨਹੀਂ ਲੱਗਿਆ ਇਦਾਂ। ਪਰਮ ਕਿਸ ਤਰ੍ਹਾਂ ਲੱਗਿਆ ਪਰਮ? ਕਿਉਂਕਿ ਇੱਕ ਕਿ ਸੁੱਤੇ ਪਏ ਹੋ ਕਿ ਜਾਗਦੇ ਹੋ? ਨਹੀਂ, ਹੁਣ ਠੀਕ ਹੈ। ਹੁਣ ਠੀਕ ਹੈ? ਨਹੀਂ, ਕੀ ਹੋ ਕੀ ਗਿਆ ਸੀਗਾ ਜਦੋਂ ਇਹਨਾਂ ਨੇ ਤੁਹਾਨੂੰ ਕਿਹਾ ਰਿਲੈਕਸ? ਮੈਂ ਤੁਹਾਨੂੰ ਆਵਾਜ਼ਾਂ ਬਹੁਤ ਮਾਰੀਆਂ, ਬਹੁਤ ਵਾਰੀ ਬੁਲਾਇਆ। ਆਵਾਜ਼ ਤਾਂ ਮੈਨੂੰ ਸੁਣੀ ਤੁਹਾਡੀ, ਪਰ ਦੰਦਾਂ ਦੇ ਉੱਤੋਂ ਬੋਲਣ ਦਾ ਜ਼ੋਰ ਨਹੀਂ ਲੱਗ ਰਿਹਾ ਸੀ। ਬੋਲਣ ਦੀ ਕੋਸ਼ਿਸ਼ ਕੀਤੀ ਪਰ ਬੋਲਿਆ ਨਹੀਂ ਗਿਆ। ਮੇਰੇ ਖਿਆਲ ਉਹ ਆਪਣਾ ਸ਼ਾਇਦ ਪਤਾ ਨਹੀਂ ਕੀ ਹੁੰਦਾ ਉਹ ਹੋ ਗਿਆ। ਉਹ ਕੀ ਹੋ ਗਿਆ? ਮਤਲਬ ਵੀ ਹੋਰ ਹੀ ਕਿਤੇ ਹੋਰ ਹੀ ਪਾਸੇ ਬੰਦਾ ਚਲੇ ਜਾਏ। ਜਦੋਂ ਤੁਹਾਨੂੰ ਮੈਂ ਬੁਲਾ ਰਿਹਾ ਸੀ ਤੁਹਾਨੂੰ ਮੇਰੀ ਆਵਾਜ਼ ਸੁਣ ਰਹੀ ਸੀ? ਆਵਾਜ਼ ਸੁਣੀ ਪਰ ਬੋਲਣ ਦੀ ਕੋਸ਼ਿਸ਼ ਕੀਤੀ ਪਰ ਬੋਲਿਆ ਨਹੀਂ ਗਿਆ। ਇਹ ਹੋਇਆ।
ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਜਦੋਂ ਤੁਹਾਨੂੰ ਟੱਚ ਕੀਤਾ, ਜਿਵੇਂ ਆਪਾਂ ਕਹਿੰਦੇ ਨੇ ਕਿਸੇ ਬਾਬੇ ਨੂੰ ਕੋਈ ਮੰਤਰ ਪੜ੍ਹਤਾ ਜਾਂ ਕੋਈ ਜਾਦੂ ਟੂਣਾ ਕਰਤਾ, ਇਹੋ ਜਿਹਾ ਕੁਛ ਸੀ ਜਾਂ ਕੀ ਹੋਇਆ ਕੀ? ਮੇਰੇ ਖਿਆਲ ਇਹ ਸ਼ਾਇਦ ਇਹ ਸਾਇੰਸ ਹੈ, ਜਿੱਧਰ ਨੂੰ ਮਾਇੰਡ ਤੁਸੀਂ ਉਹ ਜੇ ਤੁਹਾਡਾ ਉੱਧਰ ਨੂੰ ਕਨਵਰਟ ਹੋ ਜਾਂਦਾ ਤਾਂ ਸ਼ਾਇਦ ਤੁਸੀਂ ਉਸ ਟਰੈਕ 'ਤੇ ਚਲੇ ਜਾਂਦੇ ਹੋ। ਮੈਨੂੰ ਲੱਗਦਾ ਜੇ ਅਸੀਂ ਖੜੇ ਹਾਂ ਤਾਂ ਇਸ ਟਾਈਮ ਅਸੀਂ ਉਹਨਾਂ ਦੇ ਉਹ ਦਾਇਰੇ 'ਚ ਵੱਜ ਗਏ ਹਾਂ। ਆਪਾਂ ਕਹਿ ਦਿੰਦੇ ਆ ਵੀ ਬਹੁਤ ਸਾਰੇ ਜਾਦੂ ਟੂਣੇ ਹੁੰਦੇ ਆ, ਬਹੁਤ ਕੁਛ ਹੁੰਦਾ ਵੀ ਉਹ ਕਿਤੇ ਨਾ ਕਿਤੇ ਲੱਗਦਾ ਵੀ ਇਹ ਉਸੇ ਤਰ੍ਹਾਂ ਦਾ ਹੀ ਸਾਰਾ ਕੁਛ ਦਿਖਿਆ? ਨਹੀਂ, ਜਾਦੂ ਤਾਂ ਨਹੀਂ ਕਹਿ ਸਕਦੇ, ਇਹ ਬਸ ਉਹ ਮਾਇੰਡ ਦੀ ਗੇਮ ਆ, ਜੋ ਜਿੱਦਾਂ ਉਹਨਾਂ ਨੇ ਦੱਸਿਆ। ਬਿਲਕੁਲ ਸਰਦਾਰ ਜੀ, ਤੁਸੀਂ ਦੇਖ ਰਹੇ ਹੋ ਇਹ ਹੋਰ ਵੀ ਜਿਹੜਾ ਦੁਬਾਰਾ ਸਾਡੇ ਐਂਕਰ ਨੂੰ ਹਿਪਨੋਟਾਈਜ਼ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਆ। ਆਪਾਂ ਦੇਖਾਂਗੇ ਕੀ ਕਰ ਰਹੇ ਆ ਕੀ ਨਹੀਂ ਕਰ ਰਹੇ, ਅਤੇ ਕਿਉਂਕਿ ਕਿਤੇ ਨਾ ਕਿਤੇ ਜੇ ਇਹ ਕੁਛ ਕਿਸੇ ਡੇਰੇ ਦੇ ਉੱਪਰ ਦਿਖਾਇਆ ਹੁੰਦਾ ਤਾਂ ਮੈਨੂੰ ਲੱਗਦਾ ਵੀ ਨੋਟਾਂ ਦੇ ਢੇਰ ਲੱਗ ਜਾਣੇ ਸੀ, ਬਾਬਾ ਜੀ ਹੋ ਜਾਣੇ ਸੀ, ਚਾਰੇ ਪਾਸਿਓਂ ਮੱਥਾ ਟੇਕਣ ਵਾਲਿਆਂ ਦੀਆਂ ਲਾਈਨਾਂ ਲੱਗ ਜਾਣੀਆਂ ਸੀ। ਪਰ ਇਹੀ ਜਿਹੜਾ ਟ੍ਰਿਕ ਹੈ ਪਹਿਲਾਂ ਸਾਡੇ ਸਰਦਾਰ ਜੀ ਦੇ ਉੱਪਰ ਹੋਇਆ ਸੀ ਜਿਹੜੇ ਇਹਨਾਂ ਦੇ ਨਾਲ ਆਏ ਸੀ, ਤਾਂ ਹੁਣ ਇਹ ਸਾਡੇ ਐਂਕਰ ਹੈ ਜਿਹੜੇ ਇਹ ਰਮਨ ਜੀ ਦੇ ਉੱਪਰ ਹੋਇਆ। ਤੁਸੀਂ ਦੇਖ ਸਕਦੇ ਹੋ ਜਿਹੜੇ ਉਹ ਛੋਟਾ ਜਿਹਾ ਬੱਚਾ ਜਿਹੜਾ ਉਹਨੂੰ ਇੱਕ ਬੁਲਾਇਆ ਗਿਆ ਇੱਥੇ, ਅਤੇ ਆਪਾਂ ਦੇਖਦੇ ਹਾਂ। ਦੇਖੋ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿਹੜਾ ਬੱਚੇ ਨੂੰ ਇੱਕ ਹਰਮਨ ਜੀ ਕੁੜੀ ਦੀਆਂ ਲੱਤਾਂ ਨਾ ਤੋੜ ਦਿਓ ਸਾਡੀ ਦੀਆਂ, ਕਿਉਂਕਿ ਇਹ ਨਰਮ ਜੀ ਲੱਗਦੀ ਹੈ ਬਹੁਤ। ਕੁਛ ਨਹੀਂ ਹੋਇਆ ਸਰ, ਕੁਛ ਨਹੀਂ ਹੋਇਆ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਵੱਲੋਂ, ਕਿਉਂਕਿ ਇਹ ਇੱਕ ਦਿਮਾਗ ਦੀ ਗੇਮ ਹੈ, ਇਹ ਕਿਤੇ ਨਾ ਕਿਤੇ ਮੈਡੀਕਲ ਦੇ ਨਾਲ ਜੁੜੀਆਂ ਹੋਈਆਂ ਗੇਮਾਂ ਨੇ। ਇਹ ਤਾਂ ਨੇ ਕਿਉਂਕਿ ਇਸ ਦਿਖਾਉਣ ਦਾ ਮੁੱਖ ਮਕਸਦ ਇਹੀ ਆ ਵੀ ਜਿਹੜੇ ਵਹਿਮਾਂ ਭਰਮਾਂ ਦੇ ਵਿੱਚ ਲੋਕ ਪੈਂਦੇ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਸਕੇ। ਕਿਉਂਕਿ ਜੇਕਰ ਇੱਕ ਲੜਕੀ ਦੇ ਉੱਪਰ ਕਿਸੇ ਬਾਬੇ ਨੇ ਇਹ ਇਸ ਤਰ੍ਹਾਂ ਕੀਤਾ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਵੀ ਉਸ ਬਾਬੇ ਦੀ ਬੱਲੇ ਬੱਲੇ ਤੇ ਜਾਇਜ਼ ਹੋਣ ਕਿੰਨੀ ਕੋਈ ਰਹਿ ਗਈ ਹੁੰਦੀ। ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ, ਤੁਸੀਂ ਇਸ ਤਰ੍ਹਾਂ ਕਰ ਦਿਓ, ਇਸ ਤਰ੍ਹਾਂ ਕਰ ਦਿਓ, ਅਪੋਲੋਜੀਸ ਫਾਰ ਦਿਸ, ਹੈ ਅਪੋਲੋਜੀਸ, ਆਰਾਮ ਨਾਲ, ਆਰਾਮ ਨਾਲ, ਪਲੀਜ਼ ਪਲੀਜ਼, ਥੈਂਕ ਯੂ, ਪਲੀਜ਼ ਪਲੀਜ਼ ਹੈਵ ਅ ਸੀਟ। ਮੈਂ ਗੱਲ ਕਰ ਸਕਦਾ ਜੀ ਇਹਨਾਂ ਨਾਲ? ਹਾਂਜੀ ਕਰੋ ਸਰ। ਰਮਨ ਜੀ, ਤੁਹਾਨੂੰ ਕੁਰਸੀਆਂ ਦੇ ਉੱਪਰ ਲਟਾਇਆ ਗਿਆ, ਤੁਹਾਨੂੰ ਪਤਾ ਲੱਗਿਆ? ਮੈਂ ਪੈ ਗਈ ਸੀਗੀ, ਪਤਾ ਨਹੀਂ ਲੱਗਿਆ ਕੀ ਹੋਇਆ, ਵੈਸੇ ਮੈਨੂੰ ਪਤਾ ਹੀ ਨਹੀਂ ਲੱਗਿਆ। ਤੁਹਾਡੀਆਂ ਲੱਤਾਂ, ਇੰਨਾ ਫੀਲ ਹੋਇਆ ਸੀ ਕਿ ਮੇਰੇ ਉੱਪਰ ਕੋਈ ਬੈਠਾ ਸੀਗਾ, ਇਹ ਕਹਿ ਰਹੇ ਸੀ ਛੋਟੇ ਬੱਚੇ ਨੂੰ ਮੇਰੇ ਖਿਆਲ 'ਚ ਬੈਠਣ ਨੂੰ। ਤੁਹਾਨੂੰ ਲੱਗਿਆ ਵੀ ਤੁਹਾਡੀ ਲੱਤਾਂ ਦੇ ਉੱਪਰ ਵੇਟ ਪਿਆ? ਪਤਾ ਲੱਗਿਆ ਸੀਗਾ, ਪਰ ਮੇਰੀ ਬੋਡੀ ਨਾ ਹਾਰਡ ਹੋ ਗਈ ਸੀਗੀ। ਇੱਕ ਬੱਚਾ ਸੀ ਉਹ ਤਕਰੀਬਨ ਉਹਦਾ ਮੇਰੇ ਖਿਆਲ ਨਾਲ ਵੇਟ ਹੋਣਾ 20 ਪਲੱਸ, ਤੁਹਾਡੀਆਂ ਲੱਤਾਂ ਦੇ ਉੱਪਰ 20 ਪਲੱਸ ਵੇਟ ਰੱਖਿਆ ਗਿਆ, ਤੇ ਤੁਹਾਨੂੰ ਇਹ ਜਿਹੜਾ ਵੇਟ ਸੀ ਮਹਿਸੂਸ ਹੋਇਆ ਉਦੋਂ? ਫੀਲ ਹੋਇਆ ਸੀ ਵੇਟ, ਪਰ ਮੇਰੀ ਬੋਡੀ ਹਾਰਡ ਹੋ ਗਈ ਸੀਗੀ। ਮੈਨੂੰ ਪਤਾ ਨਹੀਂ ਲੱਗਿਆ ਵੈਸੇ ਮੈਨੂੰ ਸਾਰਾ ਕੁਝ। ਸੱਚ ਸੱਚ ਦੱਸਣਾ, ਤੁਹਾਡੇ ਕੰਨ ਦੇ ਵਿੱਚ ਕੁਝ ਕਹਿ ਤਾਂ ਨਹੀਂ ਦਿੱਤਾ ਵੀ ਤੁਸੀਂ ਇਹ ਕੁਝ ਕਰ ਲੈ? ਮੈਂ ਫੇਰ ਕਵਾਂਗਾ ਕਿ ਟੀਮ ਮੈਂਬਰ ਤੁਹਾਡੇ ਨੇ। ਨਹੀਂ, ਮੈਂ ਦੱਸ ਦੇਣਾ ਇੱਕ ਚੀਜ਼ ਕਹੀ ਸੀ, ਮੇਕ ਇਟ ਅ ਰੋਡ, ਜਦੋਂ ਇਹਨਾਂ ਨੇ ਇਧਰੋਂ ਕਿਹਾ ਮੇਕ ਇਟ ਅ ਰੋਡ, ਫਿਰ ਇਧਰੋਂ ਕਿਹਾ ਇਹਨਾਂ ਨੇ ਸੇਮ ਗੱਲ, ਉਹ ਮੇਰੀ ਬੋਡੀ ਉਦੋਂ ਸਟਿਫ ਹੋ ਗਈ ਸੀਗੀ ਬਸ। ਇਹਦੇ ਨਾਲ ਇੱਕ ਗੱਲ ਦਾ ਪਤਾ ਲੱਗਦਾ ਜੀ ਕਿ ਹਿਪਨੋਟਿਜ਼ਮ ਨਾ ਕੰਮ ਕਰਦਾ ਸੁਜੈਸ਼ਨਸ ਤੇ, ਕੋਈ ਦੈਵੀ ਸ਼ਕਤੀ ਨਹੀਂ ਹੈ ਜੀ। ਜਦ ਸਾਹਮਣੇ ਵਾਲੇ ਦਾ ਮਾਈਂਡ ਤੁਹਾਡੀ ਕਮਾਂਡਸ ਨੂੰ ਮੰਨਣਾ ਸ਼ੁਰੂ ਕਰ ਦਿੰਦਾ ਤਾਂ ਬੰਦਾ ਹਿਪਨੋਟਾਈਜ਼ ਹੋ ਜਾਂਦਾ। ਇਹ ਸਕਿੱਲ ਮੈਨੂੰ ਆਉਂਦੀ ਹੈ, ਮੈਂ ਇਹ ਲੋਕਾਂ ਦੀ ਅਵੇਅਰਨੈਸ ਵਾਸਤੇ ਅਲੱਗ ਅਲੱਗ ਚੈਨਲ 'ਚ ਜਾ ਕੇ ਦੱਸ ਰਿਹਾ ਵਾਂ, ਤੇ ਜਿੰਨਾ ਗਲਤ ਲੋਕਾਂ ਨੂੰ ਆਉਂਦੀ ਹੈ ਉਹ ਫਿਰ ਇਹਨੂੰ ਦੈਵੀ ਸ਼ਕਤੀ ਦਾ ਰੂਪ ਦੇ ਰਹੇ ਹਾਂ। ਹਰਮਨ ਜੀ, ਜੇਕਰ ਗੱਲ ਕਰੀਏ ਜਿਵੇਂ ਤੁਸੀਂ ਸਾਡੇ ਐਂਕਰਸ ਦੇ ਉੱਪਰ ਇਹ ਜੋ ਵੀ ਵਰਤਿਆ ਟ੍ਰਿਕ, ਮੈਂ ਤਾਂ ਟ੍ਰਿਕਸ ਤਾਂ ਕਹਿ ਰਿਹਾ ਕਿਉਂਕਿ ਕਹਿਣਾ ਤਾਂ ਟ੍ਰਿਕਸ ਹੀ ਆ ਸਾਰਿਆਂ ਨੇ, ਜੋ ਕੁਛ ਵੀ ਇਹਨਾਂ ਦੇ ਉੱਪਰ ਵਰਤਿਆ, ਜੇਕਰ ਤੁਸੀਂ ਕਿਤੇ ਆਮ 100 ਬੰਦੇ ਦੇ ਵਿੱਚ ਇਹ ਵਰਤਿਆ ਹੁੰਦਾ ਤਾਂ ਮੈਨੂੰ ਲੱਗਦਾ ਵੀ ਮੱਥਾ ਟੇਕਣ ਵਾਲੇ ਦਾ ਢੇਰ ਲੱਗ ਜਾਂਦੇ। ਜਿਵੇਂ ਹੁਣ ਤੁਸੀਂ ਦੇਖੋ, ਮੈਂ ਸਿਰ ਮੱਥੇ ਤੇ ਹੱਥ ਲਾਇਆ, ਦੋਨੋਂ ਡੇਢ ਨੇ ਹਰਮਨ ਜੀ, ਕਿਤੇ ਮੱਥਾ ਟੇਕਣ ਦਾ ਨਹੀਂ ਹੋਇਆ ਵੀ ਬਾਬੇ ਹੋ ਤੁਸੀਂ, ਤਾਂ ਤੁਹਾਡੇ ਤਾਂ ਸ਼ਕਤੀ ਸਾਰੀ ਤੁਹਾਡੇ 'ਚ ਆਈ ਵੀ ਹੈ, ਇਹ ਗੱਲ ਕਿਤੇ ਨਾ ਕਿਤੇ ਤਾਂ ਹੋਈ ਹੋਣੀ ਹੈ। ਕਈ ਲੋਕ ਕਹਿੰਦੇ ਨੇ ਬਾਬਾ ਜੀ ਉਹ ਕੀ ਕਹਿੰਦੇ ਨੇ ਉਹ ਸਾਡੀ ਨਾ ਫੈਲ ਲੱਗੀ ਹੋਈ ਹੈ, ਤੇ ਕਰ ਦਿਓ ਕੁਛ ਕੈਨੇਡਾ ਦੀ ਫੈਲ ਦਾ। ਕਈ ਲੋਕ ਕਹਿੰਦੇ ਨੇ ਫੋਨ ਕਰਕੇ ਉਹ ਬਾਬਾ ਜੀ ਉਹ ਨਾ ਮੇਰੀ ਘਰ ਦੀ ਨਾ UK ਗਈ ਹੈ, ਕਾਗਜ਼ ਨਹੀਂ ਭੇਜਣ ਜਾਈ ਜੇ। ਮੈਂ ਲੋਕਾਂ ਨੂੰ ਚੈਨਲਸ ਤੇ ਆ ਕੇ ਦੱਸ ਰਿਹਾ ਕਿ ਐਸਾ ਕੁਛ ਨਹੀਂ ਹੈ, ਦੇਵੀ ਸ਼ਕਤੀ ਉਸ ਮਾਲਕ ਤੋਂ ਉੱਪਰ ਕੋਈ ਸ਼ਕਤੀ ਨਹੀਂ ਹੈ, ਉਸ ਰੱਬ ਨੂੰ ਮੰਨੋ, ਆਹ ਸਾਇੰਸ ਹੈ, ਆਹ ਚੁਟਕੀ ਮਾਰਾਂਗਾ, ਦੋਨੋਂ ਹੱਸਦੇ ਹੋਏ ਵਾਪਸ ਹੱਸਦੇ ਹੋਏ ਆਪਣਾ ਆਈਜ਼ ਖੋਲਣਗੇ ਲੋਕ। ਈਵਨ ਦੇਖੋ ਇਹ ਆਰਟ ਹੈ, ਇਹ ਸਾਇੰਸ ਹੈ ਜੀ, ਆਹ ਮੇਰੇ ਵੀਰ ਨੇ, ਇਹ ਮੇਰੇ ਸਟੂਡੈਂਟ ਨੇ, ਇਹਨਾਂ ਨੂੰ ਮੈਂ ਸਿਖਾਇਆ ਜੀ, ਖਾਲੀ ਮੈਂ ਨਹੀਂ, ਇਹ ਵੀ ਕਰ ਸਕਦੇ ਨੇ ਜੀ, ਜਿਹੜਾ ਕੁਛ ਤੁਸੀਂ ਕਰ ਸਕਦੇ ਹੋ ਸਭ ਸੇਮ ਕਰ ਸਕਦੇ ਨੇ ਜੀ। ਪਰ ਸਾਡੀ ਇੰਟੈਂਸ਼ਨ ਅੱਛੀ ਹੈ ਕਿ ਅਸੀਂ ਇਹਨੂੰ ਗਲਤ ਕੰਮ ਵਾਸਤੇ ਨਹੀਂ ਯੂਜ਼ ਕਰਨਾ। ਬਿਲਕੁਲ, ਆਹ ਦੇਖੋ 1 2 3 ਕੋ ਸਲੀਪ। ਮੈਂ ਗੱਲ ਕਰ ਸਕਦਾ? ਕਰੋ ਸਰ, ਬੋਲੋ, ਆ ਕੇ ਦਿਖਾ ਦਿਓ। ਰਮਨ ਜੀ,
रमन जी एक चुटकी वाला ट्रिक मैं वरत के देख ला। तुसी अपनी चुटकी मार के देखो, कोई अखा नहीं खुल रही। रमन जी ये तुहाडी चुटकी नाल मैनूं दसो भी है की है असल दे विच की है। बाबे वाली चुटकी है। हेलो ਜਦੋਂ ਤੁਸੀਂ ਇਹਨਾਂ ਨੂੰ ਹਿਪਨੋਟਾਈਜ਼ ਕਰ ਦਿੰਦੇ ਹੋ ਉਸ ਤੋਂ ਬਾਅਦ ਇਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਲੱਗਦਾ, ਹਰ ਚੀਜ਼ ਸੁਣਦੇ ਨੇ ਜੀ ਇਹ ਜੀ, ਪਰ ਮੰਨਣਗੇ ਮੇਰੀ? ਹਾਂ, ਮੈਂ ਤੁਹਾਨੂੰ ਕਿਤੇ ਚੀਜ਼ ਐਡ ਆਨ ਕਰਨਾ ਚਾਹੁੰਦੀ ਆ। ਮੇਰਾ ਮਨ ਕਰ ਰਿਹਾ ਜਦੋਂ ਬੁਲਾ ਰਹੇ ਸੀ ਮੈਨੂੰ ਕਿ ਮੈਂ ਬੋਲਾਂ, ਪਰ ਮੈਂ ਤਾਂ ਅੰਦਰੋਂ ਬੋਲਿਆ ਨਹੀਂ, ਕਿਉਂ ਨਹੀਂ ਜਾ ਰਿਹਾ ਸੀ। ਸਲੀਪ, ਚੁੱਪ ਕਰਕੇ ਬੈਠਾ। ਐਂਡ ਗੈਟ ਬੈਕ। ਹਾਂਜੀ ਹੁਣ ਬੋਲੋ। ਇੱਕ ਨਾ ਹਰਮਨ ਜੀ ब्रह्मास्त्र जिहड़े ने फुस बंब बन जांदे आ। इहदा मतलब तुहाडे नाल वड्डे होए? हां जी हां जी, साइड तों वड्डे हिप्नोटिस्ट ने जी, जिहड़े अखां नाल कह रहे हुंदे ने नहीं। अच्छा चलो, ये तो हासे मखौल दिन गल्लां बातें होंगे, क्योंकि आप अक्सर ही लोगों को जो अवेयरनैस करते हैं तो अवेयरनैस के हरमन जी हूँ जो आप मैं बहुत सारे ना अजक देख रहे हैं भी टीवी शोआज भी चल रहा है, वो शो ही बन गया एक तरह के, मत्थे हाथ लाया जाता है इतों करके एक आवाज आती है तो उन्होंने थले सट दिता जाता है। हेलो, हाँ, उन्होंने थले सट्ट तो बाद कहा जाता पाँच मिनटों बाद पानी का छिट्टा जहा मार के उन्होंने कह दिता जाता है भी तुम बस बस हूँ तो तर गए, पार हो गया बेड़ा। ਤੁਸੀਂ ਜਾਨੀ ਜਾਣੋ ਜੀ, ਤੁਹਾਨੂੰ ਲਾਈਵ ਕਰਕੇ ਦਿਖਾ ਰਹੇ ਹਾਂ। ਆਪ ਆਏਂਗੇ ਇੱਕ ਮਿੰਟ, ਜ਼ਰਾ ਇੱਕ ਮਿੰਟ ਆਏਂਗੇ ਆਪ? ਆਪੇ ਆਪਕੇ ਉੱਪਰ ਕੁਛ ਨਹੀਂ ਕਰੇਂਗੇ, ਸਿਰਫ ਇਨਕੋ ਸੰਭਾਲਣਾ ਹੈ ਆਪਨੇ, ਠੀਕ ਹੈ? ਗੈਟ ਬੈਕ। ਕਮਲ ਜੀ, ਕੈਨ ਆਈ ਟੱਚ ਯੂ? ਹਾਲਾਂਕਿ ਬਹੁਤ ਵਾਰੀ ਕਰ ਲਿਆ ਮੈਂ। ਖੜੇ ਹੋ ਗਏ ਮੈਡਮ, ਆਪੇ ਪਿੱਛੇ ਆਏਂਗੇ, ਜ਼ਰਾ ਇਨਕੋ ਸੰਭਾਲੇਂਗੇ, ਠੀਕ ਹੈ? ਇਹ ਸਾਰਾ ਕੁਛ ਜਿਹੜੀ ਟ੍ਰਿਕ ਹੈ ਉਹ ਸੀ, ਇੱਕ ਵਾਰ ਤੁਹਾਨੂੰ ਫੇਰ ਦਿਖਾ ਦਈਏ, ਇਹ ਸਾਡੇ ਐਂਕਰ ਦੇ ਉੱਪਰ ਵਰਤਿਆ ਜਾ ਰਿਹਾ, ਕਿਉਂਕਿ ਸਾਡੇ ਐਂਕਰ ਨੇ ਤੁਸੀਂ ਅਕਸਰ ਟੀਵੀ ਸਕਰੀਨ ਦੇ ਉੱਪਰ ਦੇਖਦੇ ਹੋ। ਤੁਸੀਂ ਦੇਖਿਆ ਹੋਵੇਗਾ ਕਿਸੇ ਨੂੰ ਇਦਾਂ ਕਰਕੇ ਉਹ ਫਾਇਰ ਕਰਦਾ। ਬਿਲਕੁਲ ਬਿਲਕੁਲ ਬਿਲਕੁਲ, ਜਿਹੜਾ ਇਹ ਅਕਸਰ ਹੀ ਟੀਵੀ ਸਕਰੀਨਾਂ ਦੇ ਉੱਪਰ ਹੋ ਰਿਹਾ। ਉਹ ਦੇਖੋ ਭਾਜੀ, ਉਹ ਦੇਖੋ, ਮਾਰ ਲਓ ਛਿੱਟਾ। ਰਮਨ ਜੀ ਆਵਾਜ਼ ਸੁਣ ਰਹੀ ਹੈ? ਉੱਠੋ, ਕਿਹੜੀ ਦੁਨੀਆ ਚਲੇ ਗਏ? ਤੜਕੇ ਖਬਰਾਂ ਪੜ੍ਹਨੀ ਆਪਾਂ? ਇਹ ਤਾਂ ਕੰਮ ਗਲਤ ਹੈ ਜੀ ਤੁਹਾਡਾ। ਹੈਲੋ ਜੀ, 1 2 3 ਗੈਟ ਬੈਕ। ਹਰਮਨ ਜੀ, ਹੁਣ ਆਪਾਂ ਫਿਰ ਉਸੇ ਗੱਲ ਦੇ ਉੱਪਰ ਆਉਂਦੇ ਹਾਂ, ਕਿਉਂਕਿ ਜਦੋਂ ਆਪਾਂ ਇਹ ਸਾਰਾ ਕੁਝ ਤੁਸੀਂ ਕਰਦੇ ਹੋ, ਪਿੱਛੇ ਜਾਣਾ ਇਹ ਚੀਜ਼ ਇਹਨਾਂ ਟਰਾਈ ਕਰਕੇ ਦੇਖੀ ਹੁੰਦਾ ਕਿ ਨਹੀਂ ਹੁੰਦਾ? ਦੇਖ ਲਓ ਜੀ, ਬਿਲਕੁਲ ਪਹਿਲਾਂ ਇੱਕ ਵਾਰ ਟਰਾਈ ਕਰ ਲਈਏ, ਉਸ ਤੋਂ ਬਾਅਦ ਆਪਾਂ ਗੱਲ ਦਾ ਸਿਲਸਿਲਾ ਜਿਹੜਾ ਰੱਖਦੇ ਹਾਂ, ਥੋੜਾ ਗੈਪ ਰੱਖਿਓ। ਲਓ ਜੀ, ਸਾਡੇ ਸਾਥ ਵਾਲੇ ਪਰਮ ਸਿੰਘ ਜਿਹੜੇ ਬਾਬਿਆਂ ਨਾਲ ਗੱਲਾਂ ਕਰਦੇ ਆ, ਤੇ ਉੱਥੇ ਜਾ ਕੇ ਬਹੁਤ ਸਾਰੀਆਂ ਗੱਲਾਂ ਕਰਦੇ ਆ, ਕਹਿੰਦੇ ਵੀ ਅਸੀਂ ਬਾਬੇ ਉਹ ਐਂ ਹੁੰਦੇ ਆ ਤੇ ਬਾਬੇ ਉਹ ਆਹ ਹੁੰਦੇ ਆ, ਬਹੁਤ ਸਾਰੀਆਂ ਸਿੱਖਿਆਵਾਂ ਵੀ ਦਿੰਦੇ ਆ, ਤੇ ਅੱਜ ਆਪ ਜਿਹੜੇ ਤੁਸੀਂ ਦੇਖ ਸਕਦੇ ਹੋ ਸਾਡੇ ਦਫ਼ਤਰ ਦੇ ਪਾਰਕ ਦੇ ਅੱਗੇ ਲੇਟ ਗਏ ਨੇ, ਇਹਨਾਂ ਦੇ ਉੱਪਰ ਵੀ ਕਹਿੰਦੇ ਵੀ ਉਹ ਹਿਪਨੋਟਾਈਜ਼ ਵਾਲਾ ਜਿਹੜਾ ਜੰਤਰ ਸੀ ਉਹ ਕੰਮ ਕਰ ਗਿਆ। ਇਹ ਕਿੰਨੀ ਦੇਰ ਤੱਕ ਰਹਿ ਸਕਦੇ ਆ? ਤੁਹਾਨੂੰ ਚੀਜ਼ ਦਿਖਾਈਏ ਜੀ, ਮੇਕ ਇਟ ਅ ਰੋਡ, ਰੋਡ ਬਣਾਓ, ਇਹਨੂੰ ਰੋਡ, ਗੁੱਡ, ਇਹਨੂੰ ਵੀ ਬਣਾਓ, ਇਹਨੂੰ ਵੀ ਬਣਾਓ, ਰੋਡ ਬਣਾਓ, ਇਹਨੂੰ ਵੀ ਬਣਾਓ। ਹੁਣ ਇੱਥੇ ਰਹੋਗੇ, ਬੋਡੀ ਕੋਈ ਡਿਸਕੰਫਰਟ ਫੀਲ ਨਹੀਂ ਕਰੇਗੀ, ਔਰ 1 ਘੰਟੇ ਤੱਕ ਰਹਿ ਸਕਦੇ ਹੋ। ਇਹ ਤਾਂ ਕੋਈ ਯੋਗਾ ਵਾਲਾ ਬਾਬਾ ਵੀ ਨਹੀਂ ਕਰਾ ਸਕਦਾ। ਇਹ ਜੇਕਰ ਗੱਲ ਕਰੀਏ ਜੀ, ਹੁਣ ਇਹਨੂੰ ਕਿੰਨਾ ਚਿਰ ਤੁਸੀਂ ਇਸ ਤਰ੍ਹਾਂ ਹੀ ਰੱਖਣਾ ਚਾਹੋ? ਤੁਸੀਂ ਕਿੰਨੇ ਦਿਨ ਰੱਖਵਾਉਣਾ ਦੱਸੋ? ਨਹੀਂ, ਸਾਡੀ ਟਾਈਮਿੰਗ ਨਹੀਂ, ਅਸੀਂ ਤੁਹਾਡੇ ਮੁਤਾਬਕ ਪੁੱਛ ਰਹੇ ਵੀ ਕਿੰਨੀ ਟਾਈਮਿੰਗ ਦੀ ਹੋ ਸਕਦੀ ਹੈ। ਜਿੰਨੀ ਦੇਰ ਤੱਕ ਮਰਜ਼ੀ ਜੀ, ਲੱਤਾਂ ਬਾਹਾਂ ਇਹਨਾਂ ਦੀ ਇੱਕਦਮ ਰਿਲੈਕਸ ਨੇ ਜੀ, ਕਿਸੇ ਤਰੀਕੇ ਦਾ ਪੇਨ ਡਿਸਕੰਫਰਟ ਨਹੀਂ ਹੈਗਾ ਇਹਨਾਂ ਨੂੰ, ਇੱਕਦਮ ਰਿਲੈਕਸ ਨੇ ਜੀ। ਨਾਰਮਲੀ ਕਿਸੇ ਬੰਦੇ ਵਾਸਤੇ ਲੱਤਾਂ ਤੇ ਬਾਹਾਂ ਚੁੱਕ ਕੇ ਇਹ ਆਸਨ ਕਰਨਾ ਕਿੰਨਾ ਕੁ ਆਸਾਨ ਜਾਂ ਕਿੰਨਾ ਕੁ ਔਖਾ ਹੈ? ਬਿਲਕੁਲ, ਲੱਤਾਂ ਕੰਬਣ ਲੱਗ ਜਾਂਦੀਆਂ ਨੇ ਜੀ ਜਦੋਂ ਤੁਸੀਂ ਕਿਤੇ ਵੀ, ਆਪਾਂ ਕਹਿ ਸਕਦੇ ਹਾਂ 2 ਮਿੰਟ ਵਾਸਤੇ ਵੀ ਅਕਸਰ ਹੀ ਕਿਹਾ ਲੱਗੀ ਜਾਂਦੀ ਹੈ, ਕਹਿੰਦੇ ਵੀ ਜੇ ਧਰਨ ਕੱਢਣੀ ਹੈ ਤਾਂ ਦੋਨੇ ਲੱਤਾਂ ਇੱਕ ਵਾਰ ਉੱਪਰ ਚੱਕੋ, ਜੋੜ ਕੇ ਤਾਂ ਉਹਦੇ ਨਾਲ ਧਰਨ ਨਿਕਲ ਜਾਂਦੀ ਹੈ, ਉਹ ਚੱਕਣੀ ਔਖੀ ਹੋ ਜਾਂਦੀ। 20 ਸੈਕਿੰਡ ਵੀ ਨਹੀਂ ਕੀਤਾ ਜਾਂਦਾ ਭਾਜੀ, ਔਰ ਸਾਨੂੰ ਗੱਲ ਕਰਦੇ ਹੋਏ ਨੂੰ ਲਗਭਗ 1.5 ਮਿੰਟ ਹੋ ਗਿਆ ਹੋਗਾ, 90 ਸੈਕਿੰਡ। ਬਿਲਕੁਲ, ਤੁਸੀਂ ਹਲਕੀ ਜਿਹੀ ਵੀ ਮੂਵਮੈਂਟ ਦੇਖ ਰਹੇ ਹੋ ਪੈਰਾਂ 'ਚ, ਬਾਹਾਂ 'ਚ ਕਰਦੇ ਜੀ ਸ਼ਾਂਤ? ਬਿਲਕੁਲ ਜੀ ਬਿਲਕੁਲ, ਰਿਲੈਕਸ ਰਿਲੈਕਸ। ਹੁਣ ਇਹੀ ਕੰਮ ਜੇ ਮੈਂ ਕਿਤੇ ਪੈਸੇ ਕਮਾਉਣ ਵਾਸਤੇ ਕਰਾਂ ਤੇ ਫਿਰ ਤੇ ਮੈਂ ਲੋਕਾਂ ਦੇ ਭੂਤ ਕੱਢ ਸਕਦਾ। ਬਿਲਕੁਲ,
ਮੈਂ ਹੁਣ ਇੱਥੇ ਸਵਾਲ ਇੱਕ ਹਰਮਨ ਜੀ ਬਹੁਤ ਵੱਡਾ ਉੱਠਦਾ ਹੈਗਾ, ਇਹਨਾਂ ਨੂੰ ਤੁਸੀਂ ਇੱਕ ਵਾਰ ਰਿਲੈਕਸ ਕਰ ਦਿਓ, ਉਸ ਤੋਂ ਬਾਅਦ ਆਪਾਂ ਜਿਹੜਾ ਪਰਮ ਪਰਮ ਜੀ 1 2 3 ਗੈਟ ਬੈਕ ਉੱਠ ਜਾਓ। ਤੁਸੀਂ ਇੱਕ ਚੀਜ਼ ਹੋਰ ਦੇਖੀ ਹੋਈ ਅੱਜ ਕੱਲ੍ਹ ਜੀ, ਉਹ ਕਿਸੇ ਇੱਕ ਚੀਜ਼ ਨੂੰ ਹੱਥ ਨਾਲ ਲੋਕ ਕੇ ਦਿੰਦਾ ਕਰਨਾ ਸ਼ੁਰੂ ਕਰ ਦਿੰਦੇ ਨੇ। ਬਿਲਕੁਲ, ਉਹ ਇਹ ਵੀ ਚੱਲਿਆ ਹੋਇਆ। ਬਟਰਫਲਾਈ ਹੈ, ਕੀ ਹੈ ਇਹ, ਕੀ ਹੈ, ਕੀ ਹੈ? ਬਟਰਫਲਾਈ। ਮੈਂ ਜਿੱਦਾਂ ਤੁਹਾਡੇ ਹੱਥ ਨੂੰ ਟੱਚ ਕਰਾਂਗਾ ਨਾ, ਬਟਰਫਲਾਈ ਤੁਹਾਡੇ ਹੱਥਾਂ 'ਚ ਵੀ ਆ ਜਾਏਗੀ। ਲੋ, ਜਿੰਨਾ ਰੋਕਣ ਦੀ ਕੋਸ਼ਿਸ਼ ਕਰੋਗੇ ਉਹਨੇ ਹੋਰ ਫਾਸਟ ਹੁੰਦਾ ਜਾਏਗਾ। ਮੈਂ ਗੱਲ ਕਰ ਸਕਦਾ ਇਹਨਾਂ ਨਾਲ? ਕਰੋ ਸਰ, ਫਾਸਟ 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 ਫਾਸਟ। ਕੀ ਹੋ ਰਿਹਾ? ਨੈਪਕਿਨਸ ਦੇਣਾ ਹੱਥਾਂ ਨੂੰ। ਕੀ ਹੋ ਰਿਹਾ? ਬਟਰਫਲਾਈ ਸਾਡੇ ਦੋਨੋਂ ਐਂਕਰ ਆ ਜਿਹੜੇ ਉਹ ਬਣ ਚੁੱਕੇ ਆ। ਪਰ ਜੇਕਰ ਗੱਲ ਕਰੀਏ ਤਾਂ ਇਹ ਸਾਰਾ ਕੁਛ ਮੈਡੀਕਲ ਤੌਰ 'ਤੇ ਇਹਨਾਂ ਸਿੰਘ ਸਾਹਿਬ ਵੱਲੋਂ ਕੀਤਾ ਜਾਂਦਾ, ਕਿਉਂਕਿ ਇਹ ਸਾਰਾ ਕੁਛ ਕਰਨ ਦਾ ਮੇਨ ਮਕਸਦ ਇਹੀ ਆ ਵੀ ਤੁਹਾਨੂੰ ਉਹਨਾਂ ਵਹਿਮਾਂ ਪਰਮਾਂ ਦੇ ਵਿੱਚੋਂ, ਉਹਨਾਂ ਜਿਹੜੇ ਝੂਠੇ ਕਹਿ ਸਕਦੇ ਆ ਡੇਰਿਆਂ ਦੇ ਵਿੱਚ ਨੇ, ਉਹਨਾਂ ਨੂੰ ਕਿਵੇਂ ਕੱਢਿਆ ਜਾ ਸਕੇ। ਹੁਣ ਮੈਂ ਇੱਕ ਚੀਜ਼ ਹੋਰ ਕਰਕੇ ਦਿਖਾਵਾਂ। ਮੈਂ ਪਹਿਲੀ ਚੀਜ਼ 'ਤੇ, ਇਹ ਬੜੇ ਨੈਗੇਟਿਵ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਲੋਕੀ ਗਲਤ ਯੂਜ਼ ਕਰ ਰਹੇ ਆ। ਸਿਰਫ ਇਹ ਡੈਮੋਸਟ੍ਰੇਸ਼ਨ ਪਰਪਸ ਵਾਸਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਉਹ ਕਿੱਦਾਂ ਕਰ ਰਹੇ ਨੇ, ਤੇ ਨਾ ਜਾਓ ਭਾਈ ਉੱਥੇ। ਰਿਲੈਕਸ ਰਿਲੈਕਸ, ਤੁਸੀਂ ਇਹਨਾਂ ਦਾ ਫੇਸ ਦੇਖੋ, ਇਹਨਾਂ ਦੀ ਅੱਖਾਂ ਦੇਖੋ। ਤੁਹਾਨੂੰ ਇੱਕ ਚੀਜ਼ ਹੋਰ ਦਿਖਾਵਾਂ। 1 2 3 ਗੋ ਐਂਡ ਸਲੀਪ। ਖੜੇ ਰਹੋਗੇ 1 2 3 ਗੋ ਐਂਡ ਸਲੀਪ। ਹੁਣ ਤੁਹਾਨੂੰ ਨਾ ਜਿੱਦਾਂ ਹੀ ਤੁਸੀਂ ਆਪਣੀ ਅੱਖਾਂ ਖੋਲੋਗੇ ਨਾ, ਤੁਹਾਨੂੰ ਮੇਰੇ ਹੱਥ 'ਚ ਨਾ 2-2 ਹਜ਼ਾਰ ਰੁਪਏ ਦੀ ਗੱਥੀ ਨਜ਼ਰ ਆਏਗੀ। ਕਿਹਨੇ ਦੀ? 2-2 ਹਜ਼ਾਰ ਰੁਪਏ ਦੀ। ਸਿਰਫ ਅੱਖਾਂ ਖੋਲੋਗੇ ਤਾਂ ਤੁਹਾਨੂੰ 2 ਹਜ਼ਾਰ ਰੁਪਏ ਦੀ ਗੱਥੀ ਨਜ਼ਰ ਆਏਗੀ। ਓਪਨ ਯੂਰ ਆਈਸ। ਇਹ ਕੀ ਹੈ? ਕੀ ਹੈ? ਬੋਲ ਸਕਦੇ ਹੋ ਤੁਸੀਂ? ਬੋਲ ਸਕਦੇ ਹੋ? 2000 ਦਾ ਨੋਟ ਹੈ ਕੀ ਮੈਡਮ? 2000 ਦਾ ਨੋਟ ਚਾਹੀਦਾ ਨੇ? ਚਲੋ ਮੈਂ ਤੁਹਾਨੂੰ ਨਾ ਹੁਣੇ ਆਹ ਨੋਟ ਦੇ ਰਿਹਾ ਵਾਂ, ਤੁਸੀਂ ਜਿੰਨੇ ਆਪਣੇ ਕੱਪੜੇ ਦੇ ਅੰਦਰ ਬੋਡੀ ਦੇ ਅੰਦਰ ਛੁਪਾ ਲਏ, ਸਾਰੇ 2000 ਦੇ ਨੋਟ ਤੁਹਾਡੇ। ਚਲੋ 2000 ਫਟੋ, ਔਰ ਮੈਂ ਦੇਖ ਨਹੀਂ ਰਿਹਾ, ਤੁਸੀਂ ਸਿਰਫ ਛੁਪਾਉਣੇ ਨੇ। ਫਟਾਫਟ ਛੁਪਾਓ, ਜਿੰਨੇ ਤੁਸੀਂ ਛੁਪਾ ਲਏ ਉਹਨੇ ਤੁਹਾਡੇ ਛੁਪਾਉਣੇ ਨੇ, ਬੋਡੀ 'ਚ ਛੁਪਾਉਣੇ ਨੇ। ਜਿੱਥੇ ਛੁਪਾ ਸਕਦੇ ਹੋ ਉੱਥੇ ਛੁਪਾ ਲਓ, ਫਟਾਫਟ ਜ਼ਿਆਦਾ ਤੋਂ ਜ਼ਿਆਦਾ ਛੁਪਾ ਲਓ, ਫਟਾਫਟ ਡੂ ਇਟ ਫਾਸਟ ਛੁਪਾਓ। ਹਾਈ ਭਾਈ ਜੀ, ਇਹਨਾਂ ਨੇ ਤਾਂ ਕਰ ਲਿਆ ਜੀ 70-80 ਹਜ਼ਾਰ ਰੁਪਏ ਇਕੱਠਾ। ਇਹ ਤਾਂ 70-80 ਹਜ਼ਾਰ ਰੁਪਏ ਇਕੱਠਾ ਹੋ ਗਿਆ ਜੀ ਮੈਡਮ। ਛੁਪਾਓ ਫਟਾਫਟ, ਮਜ਼ਾ ਆ ਗਿਆ ਨਾ ਅੱਜ ਤੇ? ਮਜ਼ਾ ਆ ਰਿਹਾ ਕਿ ਨਹੀਂ ਆ ਰਿਹਾ ਮੈਮ? ਵਾਹ ਜੀ ਵਾਹ ਵਾਹ ਵਾਹ। ਛੁਪਾਓ ਫਟਾਫਟ। ਕਿਤੇ ਵੀ ਛੁਪਾ ਸਕਦੇ ਹੋ, ਪੈਰਾਂ 'ਚ, ਹੱਥਾਂ 'ਚ, ਕਿਤੇ ਬੈਕ 'ਤੇ, ਫਰੰਟ 'ਤੇ, ਕਿਤੇ ਛੁਪਾ ਸਕਦੇ, ਛੁਪਾਓ ਫਟਾਫਟ ਡੂ ਇਟ ਫਾਸਟ। ਲੋਕਾਂ ਨੇ ਉਹਨਾਂ ਵੀਡੀਓ ਦੇਖ ਕੇ ਕਹਿਣਾ ਕਿ ਆਹ ਵੀ ਐਕਟਿੰਗ ਹੈ, ਸਰਦਾਰ ਜੀ ਕਮਲੇ ਹੋਏ ਨੇ। ਅਸੀਂ ਕਮਲੇ ਨਹੀਂ ਹੋਏ, ਜਿਹੜੇ ਕਮਲੇ ਬਣਾ ਰਹੇ ਨੇ ਨਾ ਭਾਜੀ, ਅਸੀਂ ਭੰਡਾ ਫੋੜ ਕਰ ਰਹੇ ਹਾਂ ਕਿ ਹਿਪਨੋਟਿਜ਼ਮ ਹੈ, ਕੋਈ ਦੈਵੀ ਸ਼ਕਤੀ ਨਹੀਂ। ਚਲੋ ਜੀ, ਵਾਜੋ ਬਥੇਰੇ ਨੋਟ ਵੰਡਦੇ ਆਪਾਂ। ਬਿਲਕੁਲ ਜੀ ਬਿਲਕੁਲ, ਬਥੇਰੇ ਵੰਡਦੇ ਸਿਰ ਪਕੜੋ ਜੀ। ਲਓ ਜੀ ਆਪਾਂ 2-2 ਹਜ਼ਾਰ ਦੇ ਨੋਟ ਜਿਹੜੇ ਬਾਕੀ ਬਚੇ ਆ ਉਹ ਆਪਾਂ ਸੰਭਾਲ ਲੈਂਦੇ ਆ। ਪਰਮ ਜੀ, ਕਿੰਨੇ ਕੁ ਪੈਸੇ ਆ ਗਏ ਆਪਣੇ ਕੋਲ? ਕਾਫੀ ਸਾਰੇ ਆ ਗਏ। ਮਜ਼ਾ ਆ ਗਿਆ ਮੈਡਮ, ਖੁਸ਼ ਲੱਗ ਰਹੇ ਨੇ ਮੈਡਮ, ਹੈ ਨਾ? ਸੈਲਰੀ ਤੋਂ ਜ਼ਿਆਦਾ ਨੋਟ ਤਾਂ ਅਸੀਂ ਐਵੇਂ ਵੰਡ ਪਏ। ਗੈਟ ਬੈਕ। ਪਰਮ ਜੀ ਕੀ ਦੇਖਿਆ ਸਭ ਕੁਛ? ਆਹ ਟਿਸ਼ੂ ਤੁਹਾਨੂੰ ਦਿੱਤੇ ਗਏ, ਕਹਿੰਦੇ 2-2 ਹਜ਼ਾਰ ਦੇ ਨੋਟ ਸੀ। ਇਦਾਂ ਹੀ ਲੱਗਾ 2000 ਦਾ ਨੋਟ ਬੋਲਿਆ ਮਤਲਬ। ਅੱਛਾ, ਫਿਰ ਬਾਅਦ ਚ ਪਤਾ ਲੱਗਾ ਨੈਪਕਿਨ। ਨਹੀਂ, ਅੱਜ ਹੋਇਆ ਕੀ ਆ ਅੱਜ? ਕਿਉਂਕਿ ਤੁਸੀਂ ਐਂਕਰ ਹੋ, ਅਕਸਰ ਸੱਥਾਂ ਦੇ ਵਿੱਚ ਜਾ ਕੇ ਵੱਡੇ ਵੱਡੇ ਪ੍ਰੋਗਰਾਮ ਕਰਦੇ ਹੋ, ਬਾਬਿਆਂ ਨਾਲ ਗੱਲਾਂ ਬਾਤਾਂ ਕਰਦੇ ਹੋ, ਦੁਨੀਆ ਨੂੰ ਸੇਧ ਦਿੰਦੇ ਹੋ, ਅੱਜ ਤੁਸੀਂ ਹੀ ਬਾਬਿਆਂ ਦੇ ਚੁੰਗਲ ਦੇ ਵਿੱਚ ਫਸ ਗਏ? ਨਹੀਂ, ਇਹ ਦਿਮਾਗ ਕਿਤੇ ਹੋਰ ਹੀ ਮਤਲਬ ਉਹ ਜਿਹੜਾ ਕਨਵਰਟ ਹੋ ਗਿਆ ਕਹਿ ਸਕਦੇ ਹਾਂ ਵੀ, ਜਿੱਧਰ ਨੂੰ ਕਹਿੰਦੇ ਨਾ ਜਿਹਦੇ ਵੱਲ ਵੀ ਜਿਹਦੇ ਵੱਲ ਹੋ ਜਾਈਏ ਫਿਰ ਉਹਦੇ ਵੱਲ ਹੀ ਹੋ ਜਾਈਦਾ। ਅੱਛਾ, ਮਤਲਬ ਉਹ ਆਪਣੇ ਵੱਲ ਕਰ ਲਿਆ ਇਹਨਾਂ ਨੇ, ਮਤਲਬ ਬਸ ਦੇ ਵਿੱਚ ਕਰ ਲਿਆ ਇਹਨਾਂ ਨੇ। ਇਹੀ ਸਮਝ ਲਓ, ਇਹੀ ਸਮਝ ਲਈਏ। ਤੁਹਾਨੂੰ ਲੱਗਦਾ ਵੀ ਕਦੇ ਤੁਸੀਂ ਜ਼ਿੰਦਗੀ ਸੋਚਿਆ ਸੀ ਕਦੇ ਤੁਸੀਂ ਵੀ ਬਸ 'ਚ ਹੋ ਸਕਦੇ ਹੋ ਕਿਸੇ? ਨਹੀਂ ਸੋਚਿਆ ਤਾਂ ਨਹੀਂ, ਪਰ ਮਤਲਬ ਮੇਰੇ ਦਿਮਾਗ ਨੇ ਜਦੋਂ ਇਹਨਾਂ ਨੇ ਸ਼ੁਰੂ ਕੀਤਾ ਤਾਂ ਉਹਨੇ ਦਰਵਾਜ਼ੇ ਖੋਲ੍ਹੇ ਵੀ ਇੱਕ ਤਜਰਬਾ ਹਰ ਚੀਜ਼ ਦਾ ਜ਼ਿੰਦਗੀ 'ਚ ਹੋਣਾ ਜ਼ਰੂਰੀ ਹੈ। ਮੈਂ ਵੀ ਬਹੁਤ ਸਾਰੇ ਵੀਡੀਓ ਸਕਰੋਲ ਕਰਦਾ ਦੇਖਦਾ ਵੀ ਲੋਕ ਸਿਰ ਘੁਮਾਉਂਦੇ ਨੇ, ਅੱਗੇ ਆਉਂਦੇ ਨੇ, ਉਹ ਇੱਕ ਜਣੇ ਨੂੰ ਹੱਥ ਲਾਉਂਦੇ, ਇੱਕ ਜਣਾ ਨੱਚਣਾ ਸ਼ੁਰੂ ਕਰਦਾ ਨਾਲ ਦੂਜਾ ਵੀ ਸ਼ੁਰੂ ਕਰਦਾ। ਤੁਸੀਂ ਵੀ ਕੀਤਾ ਸੀ? ਹਾਂ ਕੀਤਾ ਸੀ, ਉਹਨਾਂ ਨੇ ਕੀਤਾ ਸੀ, ਮੇਰਾ ਆਪਣੇ ਆਪ ਹੀ ਹੋਈ ਜਾਂਦਾ, ਪਤਾ ਨਹੀਂ ਕਿੱਦਾਂ।
ਇਹ ਅੱਜ ਕੱਲ ਅਕਸਰ ਹੀ ਤੁਸੀਂ ਦੇਖਦੇ ਹੋ, ਕਹਿੰਦਾ ਵੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਬੰਦੇ ਨੂੰ ਹੱਥ ਲਾਇਆ ਜਾਂਦਾ, ਉਹ ਡਿੱਗ ਪੈਂਦਾ, ਦੂਸਰੇ ਕੰਬਣ ਲੱਗ ਜਾਂਦੇ ਆ। ਹਰਮਨ ਜੀ, ਆਪਾਂ ਬਹੁਤ ਕੁਛ ਕਰ ਲਿਆ, ਬਹੁਤ ਕੁਛ ਦਿਖਾ ਲਿਆ, ਜੇ ਹਜੇ ਵੀ ਨਾ ਲੋਕ ਸਮਝੇ ਤਾਂ ਮੈਨੂੰ ਨਹੀਂ ਲੱਗਦਾ ਵੀ ਫਿਰ ਵੀ ਸਮਝਣਗੇ। ਨਹੀਂ, ਲੋਕਾਂ ਕੋਲ ਨਾ ਐਕਚੁਅਲੀ ਪੈਸਾ ਬੜਾ, ਉਹ ਲੁਟਾਉਣਾ ਚਾਹੁੰਦੇ ਨੇ, ਉਹਨਾਂ ਨੂੰ ਲੁਟਾਉਣ ਦਿਓ। ਦੇਖੋ, ਛੋਟੀ ਜਿਹੀ ਗੱਲ ਹੈ, ਜ਼ਿੰਦਗੀ ਬੜੀ ਛੋਟੀ ਜਿਹੀ ਹੈ, ਜ਼ਿੰਦਗੀ ਬੜੀ ਬਿਹਤਰੀਨ ਹੈ। ਅਸੀਂ ਆਪਣੇ ਘਰਦਿਆਂ ਤੋਂ ਵਿਸ਼ਵਾਸ ਚੱਕ ਕੇ ਅਤੇ ਪਰਾਇਆਂ 'ਤੇ ਵਿਸ਼ਵਾਸ ਰੱਖਦੇ ਹਾਂ, ਔਰ ਫਿਰ ਉਹ ਪਰਾਏ ਨਾ ਸਾਡਾ ਸਰੀਰਕ ਤੌਰ 'ਤੇ, ਮਾਨਸਿਕ ਤੌਰ 'ਤੇ ਔਰ ਫਾਈਨੈਂਸ਼ੀਅਲ ਤੌਰ 'ਤੇ ਸਾਡਾ ਸ਼ੋਸ਼ਣ ਕਰਦੇ ਹਾਂ। ਸਾਡੇ ਅੰਦਰ ਬਹੁਤ ਸਾਰੀ ਸ਼ਕਤੀਆਂ ਨੇ, ਆਪਾਂ ਉਹ ਸ਼ਕਤੀਆਂ ਨੂੰ ਜਾਣੀਏ। ਬਹੁਤ ਬਹੁਤ ਧੰਨਵਾਦ ਜੀ ਹਰਮਨ ਜੀ, ਸਾਡੇ ਵਿਹੜੇ ਦੇ ਵਿੱਚ ਆਉਣ ਦੇ ਲਈ ਅਤੇ ਐਡੀਆਂ ਵੱਡੀਆਂ ਸਿੱਖਿਆਵਾਂ ਜਿਹੜੀਆਂ ਉਹਨਾਂ ਲੋਕਾਂ ਨੂੰ ਦੇਣ ਦੇ ਲਈ ਜਿਹੜੇ ਲੋਕ ਹਜੇ ਵੀ ਸਮਝਦੇ ਨੇ। ਬਹੁਤ ਬਹੁਤ ਧੰਨਵਾਦ ਜੀ। ਇਸ ਹਨ ਸਾਡੇ ਨਾਲ ਹਰਮਨ। ਜੇਕਰ ਹਰਮਨ ਜੀ ਦੀ ਗੱਲ ਕਰਦੇ ਹਾਂ ਤਾਂ ਕਹਿੰਦੇ ਮੋਟੀਵੇਸ਼ਨਲ ਸਪੀਕਰ ਨੇ, ਪਰ ਲੋਕਾਂ ਨੂੰ ਉਹ ਸੇਧ ਦੇ ਰਹੇ ਨੇ ਜਿਹੜੀ ਸੇਧ ਦੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਲੋਕਾਂ ਨੂੰ ਲੋੜ ਹੈ। ਅਕਸਰ ਲੋਕ ਉਹਨਾਂ ਪਖੰਡੀ ਸਾਧਾਂ ਦੇ ਡੇਰਿਆਂ ਦੇ ਉੱਪਰ ਜਾ ਕੇ ਨੱਕ ਰਗੜਦੇ ਆ, ਆਪਣਾ ਸਮਾਂ ਵੀ ਖਰਾਬ ਕਰਦੇ ਆ, ਆਪਣਾ ਪੈਸਾ ਵੀ ਖਰਾਬ ਕਰਦੇ ਆ ਅਤੇ ਨਾਲ ਹੀ ਆਪਣਾ ਉਹ ਚੀਜ਼ ਖਰਾਬ ਕਰ ਦਿੰਦੇ ਆ ਜਿਹੜੀ ਦੁਬਾਰਾ ਨਹੀਂ ਮੁੜ ਕੇ ਆਉਣੀ, ਪਿਆਰ। ਉਹ ਕਹਿੰਦਾ ਪਿਆਰ ਵੰਡਣਾ ਤਾਂ ਆਪਣੇ ਘਰੇ ਵੰਡੋ, ਆਪਣੇ ਆਪ 'ਚ ਵੰਡੋ। ਗੁਰਬਾਣੀ ਦੇ ਵਿੱਚ ਵੀ ਲਿਖਿਆ ਬੰਦੇ ਆਪਣਾ ਮੂਲ ਪਛਾਣ, ਆਪਣੇ ਆਪ ਨੂੰ ਜੇਕਰ ਤੂੰ ਪਛਾਣ ਲਏਗਾ ਤਾਂ ਮੈਨੂੰ ਲੱਗਦਾ ਵੀ ਸਭ ਕੁਛ ਹੀ ਪਛਾਣ ਲਏਗਾ। ਆਪਾਂ ਆਪਣੇ ਆਪ ਨੂੰ ਭੁੱਲ ਗਏ ਹਾਂ ਤਾਂ ਦੂਸਰੇ ਪਾਸੇ ਪਛਾਣ ਲੱਭਣੀ ਸ਼ੁਰੂ ਕਰ ਦਿੱਤੀ ਹੈ। ਸਟੋਰੀ ਕਿਸ ਤਰ੍ਹਾਂ ਦੀ ਲੱਗੀ ਹੈ, ਸਟੋਰੀ ਸਾਰੀ ਦਿਖਾਉਣ ਦਾ ਮੇਨ ਮਤਲਬ ਵੀ ਇਹੀ ਸੀ ਵੀ ਤੁਹਾਨੂੰ ਉਹ ਚੀਜ਼ਾਂ ਵਿਖਾਈਆਂ ਜਾਣ ਜਿਨ੍ਹਾਂ ਦੇ ਪਿੱਛੇ ਤੁਹਾਨੂੰ ਲਾ ਕੇ ਹਮੇਸ਼ਾ ਲੁੱਟਿਆ ਜਾ ਰਿਹਾ।